ਕਤਲ ਕਿਨੇ ਕੀਤਾ? ਇੱਕ ਕਾਲੇ ਸੂਟ ਵਾਲੇ ਨੇ ਇਹਨੂੰ ਕਤਲ ਕੀਤਾ ਡਿਪਟੀ ਸਾਹਿਬ। ਸ਼ਕਲ ਤੇ ਸਾ ਨਹੀਂ ਵੇਖੀ ਪਰ ਉਹਦੇ ਕਾਲੇ ਬੂਟ ਜ਼ਰੂਰ ਵੇਖੇ ਨੇ। ਦੂਰੋਂ ਉਸ ਕਾਤਲ ਦੀ ਆਵਾਜ਼ ਵੀ ਸੁਣੀ ਸੀ ਡਿਪਟੀ ਸਾਹਿਬ, ਕਹਿੰਦਾ ਸੀ ਇੱਕ ਦੁਸ਼ਮਣ ਤੇ ਮਾਰ ਦਿੱਤਾ ਹੈ, ਹਾਲੇ ਛੱਕਾ ਪੂਰਾ ਕਰਨਾ। ਛੱਕੇ ਮਾਰਨਾ ਆਮ ਇਨਸਾਨ ਦਾ ਕੰਮ ਨਹੀਂ ਜਵਾਨਾ, ਉਹ ਮਾਂ ਨੇ ਸਿਰਫ ਇੱਕੋ ਹੀ ਪੁੱਤਰ ਜੰਮੇ ਛੱਕਿਆਂ ਦਾ ਬਾਦਸ਼ਾਹ। The last ball coming up, 4 runs required. ਸਾਡੀ ਬਸਤੀ ਦੇ ਵਿੱਚ ਕੋਈ ਖੜਪੈਟ ਬੰਦਾ ਹੈ, ਅਸੀਂ ਉਹਦੇ ਨਾਲ ਇੱਕ ਗੱਲ ਕਰਨੀ ਹੈ, ਪਰ ਲੁਕ ਲੁਕਾ ਕੇ। ਵੇ ਪੁੱਤਰਾ, ਇਹ ਕਟੜੀ ਹੈ ਮਾਈ ਰਫੜੀ ਦੀ, ਇੱਥੋਂ ਛੇਤੀ ਛੇਤੀ ਨਿਕਲਣ ਵਾਲੀ ਗੱਲ ਕਰੋ, ਜੇ ਉਹ ਆ ਗਈ ਤੇ ਰੱਫੜ ਪੈ ਜਾਣਾ। ਜੇ ਰੱਫੜ ਪਏਗਾ ਤੇ ਚੰਗੀ ਗੱਲ ਹੈ, ਮਾਈ ਸਾਡੀ ਦਿਹਾੜੀ ਲੱਗੇਗੀ। ਮਾਈ ਰਫੜੀ ਪੇਸ਼ ਹੋਵੇ। ਮੈਂ ਔਰਤ ਆ ਜ਼ਰਾ ਘੱਟ ਬੋਲਣ ਵਾਲੀ, ਜੇ ਫੱਡਾ ਪਾਣ ਆਇਓ ਨਾ ਤੇ ਫਿਰ ਚੁੱਕ ਲਓ ਡਾਂਗ ਤੇ ਪਾ ਲਓ ਰੱਫੜ। ਜੇ ਮਾਰ ਮਾਰ ਕੇ ਤੁਹਾਨੂੰ ਲੰਮਿਆਂ ਨਾ ਪਾ ਦਿੱਤਾ ਨਾ ਤੇ ਮੈਨੂੰ ਮਾਈ ਰੱਫੜੀ ਨਾ ਕਹਿਣਾ। ਮੇਰਾ ਮਤਲਬ ਜਲੂਸ ਵਿੱਚ ਕੰਮ ਆਏਗੀ। ਓਏ ਬੱਚਿਆ, ਜਲੂਸ ਵਿੱਚ ਜਾਵਾਂਗੇ ਤੇ ਕੰਮ ਆਏਗੀ ਨਾ? ਓਏ ਮਾਈ ਬੜੀ ਰੱਫੜੀ ਲੱਗਦੀ ਹੂੰ। ਮੈਂ ਤੇ ਕਹਿੰਦਾ ਬਾਚੇ ਦੇ ਕੋਲੋਂ। ਮਾਂ ਜੀ, ਅੱਜ ਸਵੇਰੇ ਕ੍ਰਿਕਟ ਦੀ ਕਿੱਲੀ ਨਾਲ ਇੱਕ ਬੰਦਾ ਕਤਲ ਹੋ ਗਿਆ ਤੇ ਇਹ ਕ੍ਰਿਕਟ ਅਕਸਰ ਗਲੀ ਤੇ ਮਹੱਲਿਆਂ 'ਚ ਖੇਡੀ ਜਾਂਦੀ ਹੈ। ਅਸੀਂ ਇਸੇ ਸਿਲਸਿਲੇ 'ਚ ਇਨਕੁਆਇਰੀ ਵਾਸਤੇ ਆਏ ਹਾਂ। ਤੁਹਾਨੂੰ ਕਾਤਲ ਦਾ ਪਤਾ? ਕਾਤਲ? ਆਹੋ ਪੁੱਤਰ, ਮੈਨੂੰ ਕਾਤਲ ਦਾ ਪਤਾ ਏ। ਛੇਤੀ ਦੱਸੋ ਮਾਂ ਜੀ, ਕਾਤਲ ਕਿੱਥੇ ਮੈਨੂੰ ਲੁਕਾ ਕੇ? ਤੁਸੀਂ ਹੋ ਵੇ ਵੇ, ਅੱਜ ਪਹਿਲੀ ਵਾਰੀ ਤੁਹਾਡਾ ਫੇਰਾ ਮੇਰੀ ਕਟਰੀ 'ਚ ਪੈ ਗਿਆ ਹੈ। ਹੁਣ ਇੱਥੇ ਕਾਤਲ ਵੀ ਆਣਗੇ।
चोर डाकू भी आएंगे। वे अमजद किथे गए वे? वे मेरा डड प्रेशर नीवा होन लग पियाई। हाय 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 वे मेरी लत्ता चो जान निकलती जानती हूं। वे पुत्र छेती आ दो चार गरम अंडे ले आ। ਓਏ ਐਡੀ ਸੋਹਣੀ ਮਿਹਨਤ ਅਸੀਂ ਘੱਟ ਹੀ ਜ਼ਿੰਦਗੀ ਚ ਵੇਖੀ ਹੈ। ਓਏ ਸਾਰੇ 200 ਰੁਪਿਆ ਪਾ ਕੇ ਇਹਨੂੰ ਸ਼ਾਪਿੰਗ ਕਰਾਓ ਤੇ ਨਾਲ ਇਹਨੂੰ ਲੈ ਚੱਲੋ। ਭਰਾ ਬਣ ਕੇ ਆਖੇ ਤੇ ਪੈਣ ਤੇਰੇ ਨਾਲ ਜ਼ਰੂਰ ਜਾਏਗੀ ਭਾਈ ਜਾਨ। ਇਸ ਲਈ ਕਿ ਬਗੈਰਤ ਪਾ ਪੈਣਾਂ ਨੂੰ ਹਮੇਸ਼ਾ ਮਾਰਕੀਟਾਂ ਚ ਮਿਲਦੇ ਨੇ। ਬਕਵਾਸ ਬੰਦ ਕਰਨੀ। ਜੇ ਮੇਰੀ ਭੈਣ ਇਹੋ ਜਿਹੀ ਹੋਵੇ ਤਾਂ ਮੈਂ ਉਹਨੂੰ ਦਵਾਈ ਚੌਂਕ ਖਾ ਕੇ ਗੋਲੀ ਮਾਰ ਦਿਆਂ। ਬੜੀ ਭੀੜ ਹੋਈ ਹੈ, ਬੜੀਆਂ ਮਿਰਚਾਂ ਲੱਗੀਆਂ ਨੇ। ਲਾਸਾ ਪਾ ਦਿਆਂਗਾ। ਇਹ ਕੁੜੀ ਤੇ ਮੈਂ ਦਿਲ ਖਿੱਚ ਕੇ ਲੈ ਗਈ ਰਾਂਝਿਆ। ਜੇ ਇਹਨੇ ਕੁਦੀ ਅੱਖਾਂ ਤੇ ਲੱਗ ਜਾਏ ਤੇ ਸਮਝ ਆ ਸਾਡੀਆਂ ਅੱਖਾਂ ਚਾਰ ਹੋ ਗਈਆਂ ਨੇ। ਅੱਖਾਂ ਵੀ ਚਾਰ ਤੇ ਹੁਣ ਬਾਲ ਵੀ ਚਾਰ ਹੀ ਹੋਣਗੇ। ਇਹ ਆਲਾ ਇਹ ਐਨਕ ਦਾ ਇਸ਼ਕ ਪਹਿਲੀ ਵਾਰੀ ਵੇਖਿਆ। ਇਹ ਆਲਾ ਇਹਦੀ ਬੇਬੇ ਦੇ ਡੰਡੇ ਕੋਲ ਮੈਨੂੰ ਪਹੁੰਚਾਈ। ਹੁਣ ਦੱਸ ਨੀ ਕਿਧਰੇ ਤੇਰਾ ਹੋਣ ਵਾਲਾ ਖਸਮ ਤੇ ਨਹੀਂ ਆ ਗਿਆ? ਪੈਣ ਤੇ ਬੜਾਇਆ ਨੀ, ਪੜਵੀਆਂ ਨੂੰ ਪਹਿਲੇ ਬੁਲਾ ਲਿਆ। ਐ ਹੁੰਦੇ ਸਾਰੇ ਤੇਰੇ ਸਾਲੇ ਨੇ, ਇਹਨਾਂ ਨੂੰ ਪੈਣ ਦਾ ਅਦਬ ਸਿਖਾ ਦੇ। ਆਇਆ ਤੇ ਮੈਂ ਇੱਥੇ ਪਤਲੂਨ ਤੇ ਅੰਡੇ ਵੀ ਖਰੀਦਣ ਸਾਂ, ਪਰ ਜੇ ਇੱਥੇ ਪਿਆਰ ਮਿਲ ਗਿਆ ਤੇ ਹੁਣ ਉਸ ਪਿਆਰ ਦੀ ਖਾਤਿਰ ਮੈਂ ਨਫ਼ਰਤ ਦਾ ਨਿਸ਼ਾਨ ਮਿਟਾ ਦਿਆਂਗਾ। ਪੈਸਿਆਂ ਲਈ ਪਹਿਲੇ ਦਿਨ ਕੁੜੀ ਨੂੰ ਵੇਖ ਕੇ ਯਾਰ ਨੂੰ ਭੁੱਲ ਗਏ।
ਲਓ ਬਈ ਭਰਾਓ, ਇਹ ਲੱਗਦਾ ਇਸ਼ਕ ਦਾ ਪਹਿਲਾ ਜਸ਼ਨ ਮਨਾਉਣ ਗਿਆ। ਨਾਗਨ ਵਾਂਗੋ ਲੜ ਗਈ ਹਾਏ ਕੁੜੀ ਪਟੋਲੇ ਵਰਗੀ ਵੇਖੀ ਨਾਗਨ ਵਾਂਗੋ ਲੜ ਗਈ ਜ਼ੋਰਾ ਜ਼ੋਰੀ ਓ ਯਾਰੋ ਜ਼ੋਰਾ ਜ਼ੋਰੀ ਓ ਯਾਰੋ ਹਾਏ ਦਿਲ ਦੀ ਗੁੰਡੀ ਅੜ ਗਈ ਹਾਏ ਮੁੰਡਾ ਪਟਾਕੇ ਵਰਗਾ ਵੇਖਿਆ ਇਸ਼ਕ ਬਿਮਾਰੀ ਚੜ ਗਈ ਹੋਏ ਕੁੜੀ ਪਟੋਲੇ ਵਰਗੀ ਵੇਖੀ ਨਾਗਨ ਵਾਂਗੋ ਲੜ ਗਈ ਹਾਂ
ਵਾਂਗੂ ਲਾਟਾਂ ਮਾਰੇ ਇਹਦੇ ਰੂਪ ਦੀ ਚਾਂਦੀ ਇੱਕ ਮਿੱਕ ਹੁੰਦਿਆਂ ਵੇਖ ਕੇ ਸਾਨੂੰ ਇੱਕ ਮਿੱਕ ਹੁੰਦਿਆਂ ਵੇਖ ਕੇ ਸਾਨੂੰ ਦੁਨੀਆਂ ਸਾਰੀ ਸੜ ਗਈ ਮੁੰਡਾ ਪਟਾਕੇ ਵਰਗਾ ਵੇਖਿਆ ਇਸ਼ਕ ਬਿਮਾਰੀ ਚੜ ਗਈ ਓਏ ਕੁੜੀ ਪਟੋਲੇ ਵਰਗੀ ਵੇਖੀ ਨਾਗਨ ਵਾਂਗੂ ਲੜ ਗਈ ਜ਼ੋਰਾ ਜ਼ੋਰੀ ਓ ਯਾਰੋ ਜ਼ੋਰਾ ਜ਼ੋਰੀ ਓ ਯਾਰੋ ਹੈ ਦਿਲ ਦੀ ਗੁੰਡੀ ਅੜ ਗਈ ਓਏ ਮੁੰਡਾ ਪਟਾਕੇ ਵਰਗਾ ਵੇਖਿਆ ਇਸ਼ਕ ਬਿਮਾਰੀ ਚੜ ਗਈ ਓਏ ਕੁੜੀ ਪਟੋਲੇ ਵਰਗੀ ਵੇਖੀ ਨਾਗਨ ਵਾਂਗੂ ਲੜ ਗਈ ਲੈ ਬਈ ਤੂੰ ਹੁਣ ਸਾਫ਼ ਸੁਥਰਾ ਹੋ ਗਿਆ ਮੇਰੇ ਪੁੱਤਰ ਅਮਜਦ ਦੇ ਘਰ ਆਉਣ ਤੋਂ ਪਹਿਲਾਂ ਪਹਿਲਾਂ ਉਸ ਮੁਕਰੇ ਜਾ ਕੇ ਬਹਿ ਜਾ ਜੇ ਮੈਨੂੰ ਉਹਨੇ ਤੇਰੇ ਨਾਲ ਪਿਆਰ ਕਰਦਿਆਂ ਵੇਖ ਲਿਆ ਨਾ ਤੇ ਕਿਆਮਤ ਆ ਜਾਣੀ ਮੇਰੀ ਗੱਲ ਆਸ਼ੀਸ਼ ਫਿਰ ਪਿਆਰ ਦੀਆਂ ਗੱਲਾਂ ਤੂੰ ਅੱਜ ਬਾਜ਼ੀ ਆ ਕੀ ਕਰਨ ਲੱਗਾ ਜੋ ਹਰ ਸਾਰੇ ਬੰਦਾ ਕਰਦਾ ਮਤਲਬ ਕਿੰਨੀ ਵਾਰੀ ਆਖਿਆ ਕਿ ਮੈਂ ਆਪਣੇ ਸਿਵਾ ਤੇਰਾ ਕਿਸੇ ਹੋਰ ਨਾਲ ਪਿਆਰ ਕਰਨਾ ਬਰਦਾਸ਼ਤ ਨਹੀਂ ਕਰ ਸਕਦਾ ਉਹ ਭਾਵੇਂ ਇਨਸਾਨ ਹੋਵੇ ਜਾਂ ਹੈਵਾਨ ਵੀ ਚੁਣ ਜੋ ਗਿਆ ਮਾਂ ਪੁੱਤਰ ਦੇ ਪਿਆਰ ਕੋਲੋਂ ਦੁਨੀਆਂ ਦਾ ਹਰ ਪਿਆਰ ਥੱਲੇ ਹੁੰਦਾ ਮੌਤ ਦਾ ਫਰਿਸ਼ਤਾ ਵੀ ਮਾਂ ਕੋਲੋਂ ਦੀ ਜ਼ਿੰਦਗੀ ਤੇ ਖੋ ਸਕਦਾ ਪਰ ਮਮਤਾ ਨਹੀਂ ਤੇ ਫਿਰ ਤੂੰ ਮੈਨੂੰ ਕਿਉਂ ਸਾਰਦੀ ਰਹਿਣੀ ਮਾਂ ਇੱਕ ਸਾਲ ਦੱਸਾਂ ਜਦੋਂ ਪਿਓ ਮਰ ਗਿਆ ਮੈਂ ਤੇਰੇ ਰੂਪ ਵਿੱਚ ਮਾਂ ਵੀ ਵੇਖੀਏ ਤੇ ਪਿਓ ਵੀ ਹੁਣ ਜਦੋਂ ਵੀ ਤੈਨੂੰ ਕਿਸੇ ਹੋਰ ਨਾਲ ਪਿਆਰ ਕਰਦਿਆਂ ਵੇਖਦਾ ਵਾਂ ਤੇ ਮੈਨੂੰ ਇੰਝ ਲੱਗਦਾ ਜਿਵੇਂ ਕੋਈ ਮੇਰੇ ਮਾਂ ਦੇ ਪਿਆਰ ਨੂੰ ਦੋ ਹਿੱਸਿਆਂ 'ਚ ਤਕਸੀਮ ਕਰਨ ਆ ਗਿਆ ਹੁਣ ਤੂੰ ਮੈਨੂੰ ਭਾਵੇਂ ਪਾਗਲ ਕਹੋ ਮਾਂ ਪਰ ਮੈਂ ਮਮਤਾ ਦੀ ਗੱਲ ਨਹੀਂ ਹੋ ਪੈਣ ਦੇਣੀ ਨਹੀਂ ਹੋ ਪੈਣ ਦੇਣੀ ਮਰੀ ਮਾਂ ਮਾਂ ਨੂੰ ਪਿਆਰ ਵਿੱਚ ਕਸ ਦੇਣ ਵਾਲਿਆ ਰੱਬ ਤੈਨੂੰ ਹਰ ਦੁਸ਼ਮਣ ਕੋਲੋਂ ਦੂਰ ਰੱਖੇ ਮੈਂ ਕੋਬਰੇ ਦੀ ਭੈਣ ਮੈਡਮ ਸਲਮਾ ਮੇਰਾ ਨਾਂ ਹੈ ਗੁੱਸਾ ਕਰਾਂ ਤੇ ਅਸਮਾਨੀ ਬਿਜਲੀਆਂ ਕੱਟਣ ਲੱਗ ਪਏ ਤੇ ਤੁਸੀਂ ਬੜੀ ਮਾਰਕੀਟ ਦੀ ਇੱਕ ਸ਼ੌਕ ਹੈ ਜੇ ਮੁੰਡੇ ਕੋਲੋਂ ਮਾਰ ਖਾ ਕੇ ਆ ਗਏ ਹੋ ਦੱਸੋ ਵੇ ਉਹਨੂੰ ਮਾਰਨ ਤੋਂ ਪਹਿਲੇ ਮੈਂ ਤੁਹਾਡਾ ਬੱਚਾ ਬੱਚਾ ਕਿਉਂ ਨਾ ਮਾਰ ਦਿਆਂ ਤਨਹਾਈ ਕਤਲ ਕਰਨਾ ਹੋਵੇ ਤੇ ਸਿਰਫ 5 ਮਿੰਟ ਲੱਗਦੇ ਨੇ ਮੈਡਮ ਜੀ ਜਿਹੜਾ ਸਾਡੇ ਲਈ ਅਜ਼ਾਬ ਬਣੇਗਾ ਤੇ ਨਾਲ ਵੀ ਜਿਹੜਾ ਕੁੜੀ ਦੇ ਰੂਪ ਵਿੱਚ ਸਾਡੀ ਅੱਖ ਚ ਰੜਕੇਗੀ ਉਹ ਕਿਹੜੇ ਹੁੰਦੇ ਨੇ ਜਿਨ੍ਹਾਂ ਨੇ ਮੇਰੀ ਬੇਟੀ ਸਾਇਮਾ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਤੂੰ ਮੈਨੂੰ ਉਹਨਾਂ ਦਾ ਤਾਂ ਪਤਾ ਦੱਸ ਮੈਂ ਉਹਨਾਂ ਨੂੰ ਖੁਦ ਗ੍ਰਿਫਤਾਰ ਕਰਨ ਜਾਵਾਂਗਾ ਮਾਫ ਕਰਨਾ ਪਾਪਾ ਮੁੰਡਾ ਗਰਦੀ ਖਿਲਾਣ ਵਿੱਚ ਪੁਲਿਸ ਦਾ ਬਹੁਤਾ ਹੱਥ ਹੈ ਅਕਸਰ ਅਖਬਾਰੇ ਚ ਆਉਂਦਾ ਕਿ ਕਤਲ ਥਾਣੇ ਦੇ ਸਾਹਮਣੇ ਹੋਇਆ ਜ਼ਿਲ੍ਹਾ ਕਚਹਿਰੀ 'ਚ 20 ਬੰਦੇ ਕਤਲ ਹੋ ਗਏ ਬੰਦਾ ਪੁਲਿਸ ਮੁਕਾਬਲੇ 'ਚ ਮਾਰੇ ਗਿਆ ਜਦੋਂ ਕਿ ਬੰਦਾ ਘਰੋਂ ਗ੍ਰਿਫਤਾਰ ਹੋਇਆ
अच्छे बुरे बंदे किस महकमे च नहीं पाए जाते साइमा बेटी, पुलिस का काम है अमने आमा का तहफुज करना। मैं महल के बदमाश शरीफ चद्दर हुणे गिरफ्तार करना वा, तो फिर वेखी शाम तक कौंसलर MPA MNA के किन्ने को टैलीफोन आते हैं। वो इसलिए कि शरीफ चद्दर ने इन्हों वोट दवाए हुए हैं। भनवैया हो तो डिप्टी साहब, सला हो मेरे अर्गा लाला साहब। वैसे भनवैया साहब, मुजरम जरा तलकात मेल मुलाकात घट रखा करो। परसों गामल हार सेबा की पेटी लैके आए, तुम हस के कबूल कर लीजिए। कई अरसे तो साढ़े घर मंग भी हांडी पकड़ डी है। अपनी जगान नू लगाम दे खुशिया। आर्डर इज आर्डर, आर्डर इज आर्डर एंड मुक मुका इज मुक मुका। अगर यह सारा कुछ तुम ASI के जमाने च कर लिया तो मेरी भैन दंगीन टीवी से VCR अपनी अखा ना देख के मरती। वह तो बेचारी मां की दाल से आलू खा खा के मर गई। जे आ जमचंद मेरी इज्जत ना बचाता तो अगे कुछ ना कही। मैं बड़ा गैरतमंद आदमी, वह तो मजबूरी के तहत भनोइए के घर टिके हैं, वरना तेन तो पता है भैन के घर भरा कुत्ता। मैं समझ गया की चक्कर है। तू फिल्म वांगू पहले गुंडे भेजना, फिर उन्होंने मार के कुड़ी उत्ते रोक पाना। मामा फिक्र ना कर बेटा, तेरा प्यू मेरी भैन के इश्क तीन बारी अंदर होया सी, असी तेरे इश्क नू तोड़ चढ़ाने लई अंदर ही रवांगे, बाहर ही नहीं आवांगे। पर रोटी पिजारों ते आनी चाहिए। हो तितली जागीरदारनी जी, जिद खातर समूह जोर मुंडे ने साढ़े ना टक्कर लेंदी। इस मैदान अदालत समझ के अपनी सफाई पेश कर कुड़िए। तू साढ़े नाल ऐलाने जंग किता है या तेरे नसीबा की गलती सी। एनू ऐलाने जंग समझ ते पावे बगावत, मैं तेरे नाल दी पूरी जोड़ा मिस पजारो। अगर नोटा का पार पा दिता तो तू अपनी जात दफन हो जाएगी। हीरिया की चमक बखा दिती ते अन्नी हो जाएगी। जे कचेरी खलोना पै गया ते लंगड़ान लग पेंगी, हथा विच हथ पाएगी ते पछतान लग पेंगी। इश्क दी डोली पैणी या कबरे जाने, कलिया मरण का शौक है या सन कबरे जाना है। गंगू एदे लू लू नू इस तरह नहीं खेड़ दे जिमें रेशमी परांदे दे तांगे आंदे ने। और मैं लक्षा पा देंगा। वे वे औरत दी चमचा गिरी करन वालिया बेगैरत मर्दा, जे तू इन्हां दे मामले दखल अंदाजी कीती ना ते खुद जे छतराल करांगी कि सारी उम्र अपनी बीवी दे सामने सिर नहीं चुक सकेगा। गल सुना नहीं, अपने आप ने बेड़ो ते मैं फैसला उत्थे गैलरी च बह के ताडा करांगी। चलो शुरू हो जाओ। नजारे फिर कितों आने में आ, 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 आ,
मैं नासा पार दियांगी। अदालत होवे माई रफड़ी दी ते कोई बेगैरत बदमाशी वखावे, मैं टब्बर खा जा ते डकार ना मारा, नाले खून दा बदला खून ते डांग दा बदला डांग। तेरी ऐस ज्यादती दा पता मेरे भरा कोबरे नू लग्या ते तेरी एक कटड़ी कब्रिस्तान बन जाएगी माई। मैं कई कोबरे ते कई छुमे वेखे, तेरे भरा कोबरे दी जिंदगी भी चंद दिन दी है। जिस दिन मेरे पुत्र अमजर दे पहला थले आ गया फेंक रख देगा। सोनिए तुम्ही बड़े मुस्तफा कुरेशी वांगू कसून मार रही से, किधरे मेरे पुत्र ते अख ते नहीं रखी हुई। कोबरा आज तेरी पैन तेरे असले दी लोट पै गई हूं। दुश्मन ने मेरे मथे दे पट ला के कब्रस्तान च अपनी कबर दा निशान ला दिता ही। आज ऐसा लोग बन के तबाही मचा दे, नहीं तो किसे गरीब ने किसे सरमायादार नु जो नहीं देना। जरूर गिरफ्तार होगा मैडम जी, ताड़े भरा दे कतल ने गल साबित कर दी है कि कातल ओ ही है जिहड़ा क्रिकेट दी किल्ली दे नाल अपने दुश्मन मुका रहा लुक लुका के। ऐ वेखो हुण दसो मैडम जी, तुहानू किसे ते शक ते नहीं? तेरे भरा कोबरे दी जिंदगी भी चंद दिन दी है, जिस दिन मेरे पुत्र अमजर दे पहला थले आ गया फेंक रख देगा। तुहानू जिहड़े ते शक है ओहदा ना दसो मैडम जी, बेगैरत नत पावगी कि अज तो बाद कोई भी गरीब किसी भी मैडम मत्था नहीं लाएगा, नहीं लाएगा। और मैं लाशा पा देंगा जे तुसी मुजरिम साढ़े हवाले ना कीता
ਤੇ ਮੈਂ ਇਸ ਬਸਤੀ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ। ਬੇਹੋਸ਼ ਕਰ ਵੇ ਬਦ ਖਬਰਿਆ, ਵੇ ਨਾਮੋ ਨਿਸ਼ਾਨ ਉਹਨਾਂ ਦੇ ਮਿਟਦੇ ਨੇ ਜਿਨ੍ਹਾਂ ਦਾ ਆਪਸ ਵਿੱਚ ਇਤਫਾਕ ਨਾ ਹੋਵੇ। ਜਿਹੜੇ ਦੂਜੇ ਦੇ ਮਾਲ ਨੂੰ ਆਪਣੇ ਪਿਓ ਦਾ ਮਾਲ ਸਮਝਣ, ਵੇ ਜਿਹੜੇ 100 ਦੇ ਨੋਟ ਲਈ ਆਪਣੀ ਧੀ ਭੈਣ ਦਾ ਸੌਦਾ ਕਰ ਦੇਣ। ਬਹੁਤੀ ਗੱਲ ਨਾ ਕਰਨੀ ਬੁੜੀਏ, ਨਹੀਂ ਜ਼ਬਾਨ ਨੂੰ ਲਗਾਮ ਦੇ ਨੀ ਮਗਰੂਰ ਜਵਾਨੀਏ। ਮੈਂ ਔਰਤ ਹਾਂ ਜ਼ਰਾ ਘੱਟ ਬੋਲਣ ਵਾਲੀ, ਜੇ ਰੱਫੜ ਪਾਣਾ ਹੀ ਨਾ ਤੇ ਫਿਰ ਚੁੱਕ ਲੈ ਡਾਂਗ ਤੇ ਪਾ ਲੈ ਰੱਫੜ। ਵੇ ਮੈਂ ਸਦਕੇ ਜਾਵਾਂ, ਵੇ ਕਿਸੇ ਸ਼ੇਰਨੀ ਮਾਂ ਨੇ ਸ਼ੇਰ ਪੁੱਤਰ ਜੰਮਿਆ ਜਿਹਨੇ ਪਹਿਲੀ ਵਾਰੀ ਮਾਈ ਰੱਫੜੀ ਨਾਲ ਰੱਫੜ ਪਾਏ। ਤਗੜਾ ਹੋ ਜਾਵੇ, ਤੁਸੀਂ ਅੱਜ ਤੱਕ ਮੇਰੀ ਜ਼ਬਾਨ ਚੱਲਦੀ ਵੇਖੀ ਹੋਵੇਗੀ, ਡਾਂਗ ਨਹੀਂ ਚੱਲ ਨੀ ਮਾਈ ਰੱਫੜੀਏ। ਅੱਜ ਇਹੋ ਜਿਹੀ ਡਾਂਗ ਚਲਾ ਕਿ ਇਸ ਧਰਤੀ ਦੀਆਂ ਸਾਰੀਆਂ ਮਾਵਾਂ ਦੇ ਸਿਰ ਫਖਰ ਨਾਲ ਉੱਚੇ ਹੋ ਜਾਣ। ਚੱਲੋ ਹੁਣ ਇਹਦਾ ਕੋਈ ਪੁੱਤਰ ਹੀ ਆ ਕੇ ਡਾਂਗ ਚਲਾਏਗਾ। ਛੇੜਾ ਇਹਨੂੰ ਮੁਸੀਬਤ ਵਿੱਚ ਵੇਖ ਕੇ ਖਿਦਰੇ ਲੁਕੇ ਆਉਣਾ। ਨੀ ਕਿਸ ਪੁੱਤਰ ਦੀ ਗੱਲ ਪਈ ਕਰਨੀ ਹੈ ਬਦਬਖਤੇ? ਚੰਗੀ ਮਾਂ ਦੇ ਬੜੇ ਪੁੱਤਰ, ਮੈਂ ਜਿਸ ਬੱਚੇ ਦੇ ਸਿਰ ਤੇ ਅੱਖ ਮੀਟ ਕੇ ਹੱਥ ਰੱਖ ਦਿਆਂ ਉਹ ਕੋਈ ਪੁੱਤਰ ਬਣ ਜਾਏਗਾ। ਇਹ ਵੇਖ ਤੇ ਇਸ ਮੈਡਮ ਦਾ ਰਿਸ਼ਤਾ ਨਾ ਮੰਗ ਲਈਏ। ਨਹੀਂ ਵੇ ਪੁੱਤਰ ਨਹੀਂ, ਐਡੀ ਤੱਤੀ ਤੱਤੀ ਮੂੰਛ ਨਾ ਪਾ। ਇਹਨੇ ਮੈਨੂੰ ਮਾਂ ਦੀ ਥਾਂ ਬੁੱਢੀ ਆਖਿਆਈ ਤੇ ਹੁਣ ਮੈਂ ਇਹਦੇ ਕੋਲੋਂ ਮਾਂ ਵੀ ਅਖਵਾਣਾ ਹੀ ਤੇ ਸੱਸ ਵੀ, ਤੇ ਜੇ ਨਾ ਅਖਵਾਇਆ ਨਾ ਤੇ ਮੈਨੂੰ ਮਾਈ ਰਫੜੀ ਨਾ ਕਮੀ ਗੱਗੜੀ ਆਖੀ। ਵੇ ਇਹਦੇ ਮੂੰਹ ਬੋਲੇ ਪੁੱਤਰ ਨੂੰ ਹੁਣੇ ਮੌਤ ਦੇ ਹਵਾਲੇ ਕਰ ਦਿਓ, ਨਾ ਇਹਦਾ ਪੁੱਤਰ ਰਵੇਗਾ ਤੇ ਨਾ ਹੀ ਇਹਦਾ ਸੱਸ ਬਣਨ ਦਾ ਖੁਆਬ ਪੂਰਾ ਹੋਵੇਗਾ। ਹੂ ਹੂ ਹੂ
ਰਫੜੀ ਨਾਲ ਤੇ ਸ਼ੈਤਾਨ ਵੀ ਰਫੜ ਪਾਵੇ ਨਾ ਤੇ ਮੈਂ ਉਹਨੂੰ ਵੀ ਮੁਸਲਮਾਨ ਕਰ ਦਿਆਂ ਹਾਂ। ਲੈ ਮਾਂ ਹੁਣ ਇਹਦੇ ਸੱਸ ਬਣਨੇ ਹੀ ਅਗਲੇ ਜੁਮੇ ਤੇ ਪਾ ਦਿਆਂ। ਵੇ ਨਹੀਂ ਵੇ ਜੂੰਝ ਹੋ ਗਿਆ, ਵੇਖੇ ਨਾ ਕੈਦੂ ਨੇ ਹੀਰ ਦੀ ਬਾਂਹ ਮਰੋੜ ਕੇ ਹਾਂ ਕਰਾਈ ਸੀ ਤੇ ਮੈਂ ਇਹਦੀ ਬਾਂਹ ਮਰੋੜ ਕੇ ਨਹੀਂ, ਇਹਦੀ ਤੌਣ ਦਾ ਸਰੀਆ ਨੀਵਾਂ ਕਰਕੇ ਹਾਂ ਕਰਾਣੀ ਏ। ਸੰਦ ਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਮੁੰਡੇ ਨੂੰ ਆਪਣੇ ਸੀਨੇ ਨਾਲ ਲਾ ਲਈਏ ਜਿਹਦੇ ਬਾਰੇ ਚ ਅਸੀਂ ਜਾਣਦੇ ਵੀ ਕੁਛ ਨਹੀਂ। ਇਹ ਕੌਣ ਏ, ਕਿਹਦਾ ਪੁੱਤਰ ਏ, ਉਹਦਾ ਖਾਨਦਾਨ ਕਿਸ ਦਾ? ਖਾਨਦਾਨ ਤਾਂ ਸਾਡੇ ਨਾਲੋਂ ਚੰਗਾ ਹੀ ਹੋਣਾ। ਮਾਫੀ ਚਾਹੁੰਦਾ ਪੁਨੂੰਜਾ ਸਾਹਿਬ, ਅਸੀਂ ਵੀ ਤੁਹਾਨੂੰ ਭੈਣ ਦਾ ਰਿਸ਼ਤਾ ਦੇ ਦਿੱਤਾ ਸੀ, ਹਾਲਾਂਕਿ ਅਸੀਂ ਜਾਣਦੇ ਸਾਂ ਕਿ ਤੁਸੀਂ ਅੰਮ੍ਰਿਤਸਰ ਵਿੱਚ ਮੁਰਦੇ ਨੂੰ ਆਉਂਦੇ ਰਹੇ ਹੋ। ਇਹ ਮੁੰਡਾ ਤੇ ਫੇਰ ਵੀ ਮੇਡ ਇਨ ਪਾਕਿਸਤਾਨ ਹੈ। ਆਰਡਰ ਇਜ਼ ਆਰਡਰ, ਤੇਰੇ ਲਾਡ ਨੇ ਸਾਨੂੰ ਵਿਗਾੜ ਦਿੱਤਾ। ਉਹ ਤੁਹਾਡੀ ਇਕਲੌਤੀ ਧੀ ਹੈ ਤੇ ਮੈਂ ਤੁਹਾਡਾ ਇਕਲੌਤਾ ਸਾਲਾ ਵਾਂ ਤੇ ਬਾਹਰੋਂ ਕੋਈ ਉਹਦੀ ਸ਼ਿਕਾਇਤ ਵੀ ਨਹੀਂ ਆਈ ਤੇ ਨਾ ਹੀ ਕਿਸੇ ਮੁੰਡੇ ਦੀ ਜੁਰਤ ਤੇ ਉਹਦਾ ਨਾਂ ਆਪਣੀ ਜ਼ਬਾਨ ਤੇ ਲਿਆਵੇ। ਸਾਇਮਾ ਸਾਇਮਾ ਸੋ ਸੋਰੀ ਨਾਲ ਰਵੇਂਗੀ, ਪਿਆਰ ਕਰੇਂਗੀ, ਨਾਲ ਜੀਵੇਂਗੀ, ਨਾਲ ਮਰੇਂਗੀ ਜੇ ਨਾ ਮੰਨੀ ਤੂੰ। ਹੜੱਪਾ ਮਰ ਜਾਵਾਂਗਾ, ਹੜੱਪਾ ਮਰ ਜਾਵਾਂਗਾ। Thank you.
ਤੇਰੀਆਂ ਸ਼ਰਾਰਤਾਂ ਖੁੱਲ ਕੇ ਨਾ ਗੱਲ ਕਰ ਪਾਉਂਦੀਆਂ ਬੁਝਾਰਤਾਂ ਬੈਨ ਮਿਲਾਏਗੀ ਸੌਰੀ ਘਰ ਬੁਲਾਏਗੀ ਸੌਰੀ ਚਾਏ ਪਿਲਾਏਗੀ ਓ ਡੈਡੀ ਨਾਲ ਮਿਲਾਏਗੀ ਜੇ ਨਾ ਮੰਨੀ ਤੂੰ ਅੜਪਾ ਮਰ ਜਾਵਾਂਗਾ ਅੜਪਾ ਮਰ ਜਾਵਾਂਗਾ ਖੋਲ ਕੇ ਸੁਣ ਲੈ ਜੇ ਕਦੀ ਵੀ ਤੂੰ ਮੇਰੇ ਪੁੱਤਰ ਤੋਂ ਕਪੁੱਤਰ ਬਣਿਆ ਤੇ ਮੈਂ ਤੈਨੂੰ ਪਿੰਡ ਦੇ ਚੌਂਕ ਵਿੱਚ ਖਿਲਾਰ ਕੇ ਗੋਲੀ ਮਾਰ ਦੇਣੀ ਤੇ ਜੇ ਕਦੀ ਮੈਂ ਮਾਂ ਤੋਂ ਕਮਾਂ ਬਣੀ ਤੇ ਤੂੰ ਮੈਨੂੰ ਰਾਵੀ ਦੇ ਪੁੱਲ ਤੇ ਲਿਜਾ ਕੇ ਦਰਿਆ 'ਚ ਸੁੱਟ ਦੇ ਬੋਲ ਇਹ ਸੌਦਾ ਮਨਜ਼ੂਰ ਹੈ ਮਾਂ ਜੀ ਮੈਨੂੰ ਇਹ ਸੌਦਾ ਮਨਜ਼ੂਰ ਹੈ ਇਹ ਤੇਰਾ ਭਾਈਜਾਨ ਹੈ ਪੁੱਤਰ ਇਹਨੂੰ ਭਾਈਜਾਨ ਕਹੋ ਪੁੱਤਰ ਇਹ ਕਿਹੋ ਜਿਹਾ ਭਾਈ ਹੈ ਜਿਹਨੇ ਆਂਦਾ ਹੀ ਮੇਰੀ ਜਾਇਦਾਦ ਦੀ ਵੰਡ ਪਾ ਲਈ ਹੈ ਕਈ ਦਿਨ ਆਂਦੀ ਉਹਨੇ ਮੇਰੇ ਕੋਲੋਂ ਮਮਤਾ ਦਾ ਹਿੱਸਾ ਮੰਗ ਲਿਆ ਸੀ ਜਾਲੀ ਭਰਾ ਦੇ ਰੂਪ ਵਿੱਚ ਆਉਂਦਿਆਂ ਹੀ ਸ਼ਰੀਕਾ ਵਿਖਾ ਦਿੱਤਾ ਸੀ ਮੈਨੂੰ ਕਹਿੰਦੇ ਮਾਂ ਚਲਾ ਜਾਏ
क्योंकि इस घर पहले एक मां से पुत्र रहते हैं। जे एक और पुत्र ने रहना है तो यह फैसला मां करेगी कि उन्हें उस पुत्र ने रहना है क्या इस पुत्र नाल। ऐसी गल का बुरा ना मनना ही पीरू, यह अपनी उम्र नालों वध जज्बाती है। काश ये थोड़ी देर पहलो आ जाता मां तो मैं अपनी ममता की रजिस्ट्री से अपने खून का अंगूठा ना लाता। पर तू फिक्र ना कर मां, हूं तेरे नाल मोहदा कभी भी नहीं टुट सकता, इसलिए कि मैं मां के नाल एक भरा भी मिल गया। यह मेरे आज के कारोबार का मुनाफा है। यह सारी दुनिया जानती है कि हर कारोबारी नूं असल नाल मुनाफा ज्यादा प्यारा होता है। ਜਿੰਦਾ ਰਹੇ ਮਾਂ ਸਿੱਕੇ, ਕਿੱਡੀ ਸੋਹਣੀ ਭਰਾ ਦੀ ਵਕਾਲਤ ਕੀਤੀ। ਫਿਰ ਮਾਫ਼ ਕਰਨਾ, ਇਹ ਕੰਮ ਵਕੀਲ ਦਾ ਨਹੀਂ ਪੁਲਿਸ ਦਾ ਹੈ। ਅਸੀਂ ਆਪਣੇ ਤਰੀਕੇ ਨਾਲ ਉਹ ਚੋਰ ਵੀ ਬਕਾ ਲੈਂਦੇ ਹਾਂ ਜਿਹਨੇ ਹਲੇ ਚੋਰੀ ਕੀਤੀ ਨਹੀਂ, ਸਿਰਫ ਚੋਰੀ ਦੀ ਨੀਅਤ ਕੀਤੀ ਹੈ ਲੁਕ ਲੁਕਾ ਕੇ। ਇਹਦਾ ਮਤਲਬ ਹੈ ਵਕੀਲ ਦੀ ਫੀਸ ਦੇ ਨਾਲ ਤੁਹਾਡੀ ਫੀਸ ਦਾ ਵੀ ਬੰਦੋਬਸਤ ਕਰਨਾ ਪਏਗਾ ਲੁਕ ਲੁਕਾ ਕੇ। ਮੈਡਮ ਜੀ, ਅਸੀਂ ਤਾਂ ਕੰਮ ਦੇ ਖਾਦਮ ਹਾਂ, ਸਾਨੂੰ ਸਿਰਫ 2-3 ਫੀਸਾਂ ਦੀ ਪ੍ਰੋਬਲਮ ਹੈ। ਮਸਲਾ ਮੇਰੀ ਬੀਵੀ ਦੀ ਡਿਲੀਵਰੀ ਕੇਸ ਦੀ ਫੀਸ, ਬੱਚੇ ਦੇ 3 ਮਹੀਨੇ ਦੀ ਫੀਸ ਤੇ ਕੁਛ ਐਵੇਂ ਕਰਨੇ ਫੀਸ। ਇਹ ਤਿੰਨੋਂ ਫੀਸਾਂ ਮਿਲਾ ਕੇ ਕੋਈ 10,000 ਰੁਪਏ ਬਣਦੀਆਂ ਨੇ। ਜੇ ਤੁਸੀਂ ਇਹ ਫੀਸਾਂ ਅਦਾ ਕਰਦੇ ਹੋ ਤੇ ਫਿਰ ਜਿੰਨੀਆਂ ਫੀਸਾਂ ਹੋਣਗੀਆਂ ਓਨੇ ਮੁਕੱਦਮੇ ਹੋਣਗੇ। ਕਿਸ ਕਿਸਮ ਦੇ ਤੇ ਫਿਰ ਪਾਰ ਨਾ ਲੰਮਿਆ ਤੇ ਹਵਾਲਾਤ ਵਿੱਚ ਬੰਦ ਕਰ ਦਿਓ ਲੁਕ ਲੁਕਾ ਕੇ। ਮੈਨੂੰ ਪੜਨ ਲਈ ਕਿਹਦੇ ਕੋਲ ਨੋਟ ਫੜ ਲੈਣੇ ਲੁਕ ਲੁਕਾ ਕੇ? ਇਹਨੂੰ ਕਿੰਨੇ ਨੋਟਾਂ ਦਾ ਦੱਸਿਆ ਹੈ, ਇਹਨੇ ਕਿਧਰੇ ਵੇਖ ਲਿਆ ਲੁਕ ਲੁਕਾ ਕੇ? ਤੁਹਾਡਾ ਵੀ ਕਸੂਰ ਨਹੀਂ, ਤਨਖਾਹ ਥੋੜੀ ਤੇ ਕੰਮ ਵੱਡਾ। ਜੇ ਤੁਹਾਡੇ ਕੋਲ ਇਸ਼ਤਿਹਾਰ ਵੀ ਵੱਡੇ ਨਾ ਹੋਣ ਤੇ ਤੁਸੀਂ ਤੇ ਭੁੱਖੇ ਮਰ ਜਾਓ। ਸ਼ੁਕਰੇ ਜਾਵਾਂ ਇਸ ਬਹੁ ਤੋਂ, ਉਹ ਬਹੁ ਸਾਡਾ ਹਮੈਤੀ ਹੂੰ, ਇਹਨੂੰ ਮੇਰੇ ਹਿਸਾਬ ਵਿੱਚ ਇੱਕ 7-Up ਦੀ ਬੋਤਲ ਪਿਆ ਲੁਕ ਲੁਕਾ ਕੇ। ਜੇ ਦੁਕਾਨਦਾਰ ਨੇ ਨਾ ਦਿੱਤੀ ਤੇ ਫਿਰ ਉਹਦਾ ਚਲਾਨ ਕਰਦੀ ਬੱਚਿਆ? ਉਹਨੂੰ ਕਹੀ ਤੇਰੇ ਥੜੇ ਤੇ ਬੜਾ ਗੰਦ ਹੈ, ਇਸ ਗੰਦ ਨਾਲ ਸ਼ਰੀਫ ਸ਼ਹਿਰੀਆਂ ਨੂੰ ਹੈਜੇ ਦਾ ਖਤਰਾ ਹੈ। ਮਾਂ ਜੀ ਗੁਫ਼ਤਗੂ ਜ਼ਰਾ ਧਿਆਨ ਨਾਲ ਕਰੋ, ਇਹ ਥਾਣਾ ਜੇ ਤੇ ਮੈਂ ਕਿਹੜੀ ਕੁੜਮਾਂ ਦੇ ਘਰ ਆਈਆਂ, ਪੁੱਤਰ ਲੈਣ ਆਈਆਂ ਤੇ ਪੁੱਤਰ ਲੈ ਕੇ ਜਾਵਾਂਗੀ। ਤੇ ਜੇ ਨਾ ਮਿਲਿਆ ਤੇ ਫੇਰ? ਤੇ ਫਿਰ ਪਾਰ ਫੜ ਆ ਮੈਦਾਨ ਵਿੱਚ ਚੁੱਕ ਦਾ ਸ਼ਾਦੀ ਦਾ ਨਖਤਰਾ ਵੇ ਚੁੱਕਣ ਦੇ ਤੂੰ। ਅੱਜ ਮਾਂ ਤੇ ਥਾਣੇਦਾਰ ਦਾ ਫੱਡਾ ਸਵੇਰ ਦੀ ਹਰ ਅਖਬਾਰ ਦੇ ਪਹਿਲੇ ਸਫੇ ਤੇ ਹੋਵੇਗਾ। ਮਾਂ ਤੇ ਡਾਂਗੀ ਨੋਟ ਸੁਟ, ਫੇਰ ਵੇਖ ਕਿਵੇਂ ਚੁੱਕਦਾ ਹੈ। ਵੇ ਇਹਨਾਂ ਨੋਟਾਂ ਨੇ ਤੇ ਇਹਨਾਂ ਨੂੰ ਇੰਨਾ ਫਟਾ ਦਿੱਤਾ, ਪੂਰੇ ਥਾਣੇ 'ਚ ਵਰਦੀ ਬਣਦੀ ਹੈ ਇਹਨਾਂ ਦੀ। ਮੈਂ ਔਰਤ ਹਾਂ ਜ਼ਰਾ ਘੱਟ ਬੋਲਣ ਵਾਲੀ, ਮੇਰਾ ਪੁੱਤਰ ਮੇਰੇ ਹਵਾਲੇ ਕਰ ਦੇ, ਜੇ ਮੈਂ ਜ਼ਿੱਦ 'ਚ ਆ ਗਈ ਨਾ ਤੇ ਮੈਂ ਇੰਨੇ ਸਿਰੇ ਬਣ ਕੇ ਤੇਰੇ ਘਰ ਟੁੱਕ ਕੇ ਆ ਜਾਣੀ। ਫਿਰ ਨਾ ਆਖੀ, ਤੇਰੀ ਭੈਣ ਮਾਈ ਰਫੜੀ ਦੀ ਨੂੰਹ ਬਣ ਗਈ ਹੈ। ਮਾਈ ਰਫੜੀ ਦੀ ਕੱਟਰੀ ਨਹੀਂ, ਜਿੱਥੇ ਸਾਰਾ ਖਾਨਦਾਨ ਤੇਰੀ ਸਾਜ਼ਤ ਕਰੇਗਾ, ਇਹ ਮੈਡਮ ਸਲਮਾ ਦੀ ਕੋਠੀ ਹੈ। ਬਕਵਾਸ ਬੰਦ ਕਰ ਦੇ, ਅੱਜ ਤੇ ਝੂਠਾ ਮੁਕੱਦਮਾ ਲਾ ਵਾਲੀ ਰਾਤ ਨਹੀਂ। ਜੇ ਇਸ਼ਕ ਜੇਲੇ ਦੇ ਸਿਖਾ ਪਿੱਛੇ ਕੈਦ ਹੋ ਸਕਦਾ ਹੈ ਤੇ ਫਿਰ ਜੇਲੇ ਚੋਰ ਕੱਟ ਲਈ ਸਿਰਫ ਆਸ਼ਕ ਪਰ ਹੋ ਗਏ। ਜੇ ਸਸਤੀ ਬਣ ਕੇ ਆਪਣੇ ਆਸ਼ਿਕ ਨੂੰ ਲੱਭਣ ਆ ਗਈ ਹੈ ਤੇ ਮੇਰੇ ਘਰ ਦੇ ਕਲੀਨਾ ਨੂੰ
ਤੱਤੀ ਰੇਤ ਸਮਝ ਕੇ ਜ਼ਿੰਦਾ ਖਤਮ ਹੋ ਜਾ। ਇਸ਼ਕ ਨੂੰ ਅੱਗ ਸਾੜਾ ਨਹੀਂ ਤੇ ਆਪ ਹੀ ਸੜ ਗਈ। ਅੱਛਾ ਜੀ, ਮੁਹੱਬਤ ਨੂੰ ਪਾਣੀ ਡੋਬਣ ਆਇਆ ਤੇ ਸ਼ਰਮ ਨਾਲ ਆਪ ਡੁੱਬ ਗਿਆ। ਵਾਹ ਸੁਭਾਨ ਅੱਲਾ, ਪਿਆਰ ਨੂੰ ਜ਼ਹਿਰ ਮਾਰਨ ਆਇਆ ਤੇ ਹੀ ਨਾਲ ਲੱਗ ਕੇ ਸ਼ਹਿਦ ਬਣ ਗਿਆ। ਕੱਲ ਹੋਈ ਨਾ, ਜੇ ਅੱਜ ਤੂੰ ਔਰਤ ਤੂੰ ਡੈਣ ਬਣ ਗਈ ਏ ਤੇ ਫਿਰ ਵੀ ਮੇਰੇ ਆਸ਼ਕ ਨੂੰ ਹਾਸਲ ਨਹੀਂ ਕਰ ਸਕਦੀ। ਇਹਦਾ ਮਤਲਬ ਹੈ ਕਿ ਤੂੰ ਉਹਦੀ ਤਾਈ ਏ ਤੇ ਤਾਈ ਕੋਲੋਂ ਕੋਈ ਵੀ ਰਾਸ ਛੁਪਿਆ ਨਹੀਂ ਹੋ ਸਕਦਾ। ਬੱਚੀ, ਅਮਜਦ ਨੇ ਮੇਰੇ ਭਰਾ ਦਾ ਕਤਲ ਕਿਤਾਇਆ ਨਹੀਂ। ਨਹੀਂ ਦੱਸ, ਨਹੀਂ ਕਾਤਿਲ ਕੌਣ ਏ? ਪਤਾ ਨਹੀਂ। ਚੂਹੀ ਜਾਨ ਬਚਾ ਕੇ ਖੁੱਡ ਚ ਵੜ ਗਈ ਏ, ਬਾਹਰ ਆ ਕੇ ਦੱਸ ਨੀ ਕਾਤਿਲ ਕੌਣ ਏ? ਕਾਤਲ ਨਹੀਂ, ਤੁਹਾਡੇ ਤੋਂ ਕਤਲ ਆਉਣ ਵਾਲਾ। ਹੁਕਮ ਕਰੋ, ਚੰਜ ਲੈ ਕੇ ਕਿਸ ਦੇ ਨਾਜ਼ਰ ਹੋਵਾਂ? ਵੇ ਬਦਮਾਸ਼ਾ, ਆਇਆ ਤਾਂ ਮੈਂ ਇੱਕ ਭੈਣ ਦਾ ਭਰਾ ਬਣ ਕੇ ਸਾਂ, ਪਰ ਤੂੰ ਮੈਨੂੰ ਬਦਮਾਸ਼ ਕਹਿ ਕੇ ਮੇਰੀ ਨੀਅਤ ਬਦਲਾ ਦਿੱਤੀ ਏ। ਹੁਣ ਹਵੇਲੀ ਖਾਲੀ ਕਰਦੇ ਹੋਏ ਲੋਕਾਂ ਨੂੰ ਉਂਗਲਾਂ ਤੇ ਨਚਾਉਣ ਵਾਲੀ ਅੱਜ ਮੇਰੀਆਂ ਉਂਗਲਾਂ ਤੇ ਨੱਚੇਗੀ। ਖਾਲੀ ਕਰ ਦਿਓ। ਕੋਈ ਮੁਹੱਬਤ ਦੀ ਬੋਲੀ ਬੋਲ, ਨਹੀਂ ਪਿਆਰ ਨਾ ਸਹੀ, ਕੋਈ ਗਾਲੀ ਕੱਢ ਨਹੀਂ, ਗਾਲੀ ਕੱਢ ਨਹੀਂ।
ਕਿ ਤੂੰ ਮੇਰੇ ਕੋਲ ਛੇੜ ਖਾ ਕੇ ਹਵੇਲੀ ਜਾ ਕੇ ਬਦਮਾਸ਼ੀ ਵਿਖਾਏ ਜਾਂ ਗਿਰਦਾਰੀ ਦੀ ਦੁਸ਼ਮਣੀ ਮੇਰੇ ਨਾਲ ਤੇਰੇ ਨਾਲ ਲਈ। ਪਰ ਉਹਨੇ ਤੇਰੇ ਤੇ ਝੂਠਾ ਮੁਕੱਦਮਾ ਬਣਾ ਕੇ ਤੈਨੂੰ ਗ੍ਰਿਫਤਾਰ ਕਰਵਾਇਆ ਸੀ ਅਮਜਦ। ਮੈਂ ਤੇਰਾ ਭਰਾ ਬਣ ਕੇ ਉਹਦੇ ਕੋਲੋਂ ਬਦਲਾ ਨਾ ਲੈਂਦਾ। ਕਿਹੜਾ ਭਰਾ ਤੇ ਕਾਹਦਾ ਬਦਲਾ, ਮੈਂ ਕੋਈ ਲੰਗੜਾ ਲੂਲਾ ਵਾਂ? ਜਿਹੜਾ ਆਪਣਾ ਬਦਲਾ ਆਪ ਨਹੀਂ ਲੈ ਸਕਦਾ, ਨਾਲੇ ਭਰਾ ਹੋਈ ਹੁੰਦਾ ਜਿਹੜਾ ਮਾਂ ਨੇ ਜੰਮਿਆ ਹੋਵੇ। ਇਹ ਤੇਰੀ ਭੁੱਲ ਅਮਜਦ, ਕਦੇ ਕਦੇ ਸੱਚੇ ਭਰਾ ਵੀ ਦੁਸ਼ਮਣ ਹੋ ਜਾਂਦੇ ਨੇ। ਤੇ ਫਿਰ ਇਸ ਤੋਂ ਆਪ ਅੰਦਾਜ਼ਾ ਲਾ ਲੈ, ਜੇ ਸੱਕਾ ਸੱਕੇ ਤਾਂ ਨਹੀਂ ਬਣ ਸਕਿਆ ਤੇ ਮਤਰਿਆ ਮੈਨੂੰ ਕਿਵੇਂ ਮਾਫ ਕਰੇਗਾ? ਵੇ ਉਮਰ ਨਾਲੋਂ ਬਹੁਤ ਹੀ ਚਲਾਕਾ। ਵੇ ਸੱਕਾ ਵੀ ਉਹੋ ਹੀ ਹੁੰਦਾ ਜਿਹਨੂੰ ਮਾਂ ਸੱਕਾ ਕਵੇ। ਵੇ ਜੇ ਮਾਂ ਹੀ ਪੁੱਤਰ ਬਣਾਉਣ ਤੋਂ ਇਨਕਾਰ ਕਰ ਦੇਵੇ ਤੇ ਉਹ ਸੱਕਾ ਵੀ ਮਤਰਿਆ ਤੇ ਕਦੀ ਕਦੀ ਹਰਾਮ ਦਾ ਵੀ ਬਣ ਜਾਂਦਾ। ਹਾਲੇ ਤੇ ਭਰਾ ਹੋਰਾਂ ਨੂੰ ਮਾਂ ਦਾ ਪੁੱਤਰ ਬਣੇ ਸਿਰਫ ਇੱਕ ਹਫ਼ਤਾ ਹੋਇਆ ਹੈ ਤੇ ਮਾਂ ਅੱਗ ਸੁੱਟਣ ਲੱਗ ਪਈ ਹੈ। ਜੇ ਇੱਕ ਮਹੀਨਾ ਗੁਜ਼ਰ ਗਿਆ ਤੇ ਮਾਂ ਪੁੱਤਰ ਤੇ ਪੈਟਰੋਲ ਸੁੱਟ ਕੇ ਹੁਣ ਅੱਗ ਵੀ ਲਾ ਸਕਦੀ ਹੈ। ਮਾਂ ਜੀ, ਤੁਹਾਨੂੰ ਅਮਜਦ ਨਾਲ ਇਸ ਤਰ੍ਹਾਂ ਗੱਲ ਨਹੀਂ ਸੀ ਕਰਨੀ ਚਾਹੀਦੀ। ਅਮਜਦ ਤੁਹਾਡੇ ਗੁਲਸ਼ਨ ਦਾ ਇਕੱਲਾ ਇਕੱਲਾ ਫੁੱਲੇ, ਜੇ ਉਹਨੂੰ ਤੱਤੀ ਹਵਾ ਲੱਗ ਗਈ ਤੇ ਉਹਦੀਆਂ ਪੱਤੀਆਂ ਬਿਖਰ ਜਾਣ ਦਾ ਖਤਰਾ ਹੈ। ਭਰਾ ਦੀ ਗਲਤ ਹਮਾਇਤ ਨਾ ਕਰ ਪੀਰੂ, ਨਾਲੇ ਗੁਲਸ਼ਨ ਇੱਕ ਫੁੱਲ ਨਾਲ ਨਹੀਂ ਕਰੋੜਾਂ ਫੁੱਲਾਂ ਨਾਲ ਬਣਦਾ ਹੈ। ਤੁਮੇ ਇਹ ਯਾਦ ਰੱਖ, ਕੱਲਿਆਂ ਰਹਿਣ ਦਾ ਹੱਕ ਸਿਰਫ ਖੁਦਾ ਦੀ ਜ਼ਾਤ ਨੂੰ ਹੈ, ਇਨਸਾਨ ਨੂੰ ਨਹੀਂ।
ਸਵਾਏ ਮੇਰੇ ਯਾਰ ਕੋਬਰੇ ਨੂੰ ਕਤਲ ਕਿਲੇ ਕੀਤਾ ਇਨਕਾਰ ਕਰਨ ਵਾਲਿਆਂ ਨੂੰ ਬੰਦ ਕੇ ਰੱਖ ਦਿਆਂਗਾ ਮੇਰੇ ਭਰਾ ਦਾ ਕਾਤਿਲ ਕੌਣ ਏ ਇਹ ਮੇਰੇ ਕੋਲੋਂ ਪੁੱਛੀ ਗੱਲ ਦੇ ਪੁੱਤਰ ਅਮਜਦ ਨੂੰ ਕਤਲ ਕਰ ਦੇ ਸਮਝ ਲੈ ਮੇਰੇ ਭਰਾ ਦਾ ਕਾਤਲ ਵੀ ਮਰ ਗਿਆ ਤੇ ਤੇਰਾ ਦੁਸ਼ਮਣ ਵੀ ਉਸ ਬਦਨਸੀਬ ਦੀ ਪਹਿਚਾਣ ਕਰਾ ਇਹ ਉਹਦੀ ਤਸਵੀਰ ਏ ਫਿਰ ਸਮਝ ਲੈ ਇਹਦੀ ਸ਼ਕਲ ਨਾਲ ਮਿਲਦਾ ਹਰ ਬੰਦਾ ਅੱਜ ਕਬਰ ਛਾਏਗਾ ਮਾਰਨ ਲਈ ਜਿਹੜਾ ਵੀ ਰਾਹ ਆਇਆ ਬੰਦਾ ਨੂੰ ਉਡਾ ਦਿਆਂਗਾ ਰਸਤਾ ਖਾਲੀ ਕਰ ਓਏ ਫੋਟੋ ਤੇਰੀ ਹੈ ਕਿਉਂ ਆਪਣੀ ਭੈਣ ਦਾ ਰਿਸ਼ਤਾ ਲੱਭ ਰਿਹਾ ਮੁੰਡਾ ਸਾਹਮਣੇ ਹੋਵੇ ਤੇ ਫਿਰ ਫੋਟੋ ਦੀ ਕੀ ਜ਼ਰੂਰਤ ਹੈ ਤੇਰੇ ਵਰਗੀ ਹਰ ਸ਼ਕਲ ਨੂੰ ਅੱਜ ਬਦ ਸ਼ਕਲ ਬਣਾ ਦਿਆਂਗਾ ਕੋਬਰਾ ਤੂੰ ਕਤਲ ਕੀਤਾ ਮੈਂ ਇਸ ਧਰਤੀ ਦੇ ਹਰ ਕੋਬਰੇ ਦਾ ਕਾਤਿਲ ਹਾਂ ਹਰ ਮੂਲ ਦੁਸ਼ਮਣ ਲਈ ਐਟਮ ਬੰਬ ਆ ਹਰ ਹਲਕਾ ਇੱਕ ਕੁੱਤੇ ਦਾ ਮਾਰੂਆਂ ਇਹਦਾ ਮਤਲਬ ਹੈ ਤੂੰ ਸਾਡੀ ਅਦਾਲਤ ਦੇ ਸਾਹਮਣੇ ਇੱਕ ਬਾਲੇ ਜੁਰਮ ਕਰ ਰਹੇ ਅਸੀਂ ਤੈਨੂੰ ਸਦਾਏ ਮੌਤ ਤੇ ਲਿਆ ਨਹੀਂ ਆਏ ਇਹ ਸ਼ਿਕਾਰ ਤੇ ਕੱਚਾ ਖਾ ਜਾਣਾ ਲੈ ਇਹਨੂੰ ਮੈਂ ਆਪਣੀ ਹੱਥੀ ਸ਼ਿਕਾਰ ਕਰਕੇ ਇਹਦੀ ਮੌਤ ਦਾ ਮਜ਼ਾ ਆਪ ਦੇਖਾਂਗਾ Ah!
मैच मुकिया नहीं ते दुआ शुरू हो गया। एक भरा का बदला मुकिया नहीं ते दुए भरा का कर्जा चाड़ दिता। तगड़ा हो जाए, आज का फैसला भी इन्हों गोलियों नाल नहीं मेरे भरा के खून वाली किली नाल होगा। कारिश रखे है वो बहुत बड़ा कातिल निकले है। आज मैंने अपनी अखा नाल अपना दुश्मन कतल कर दिया देखे है। पूरे महल्ले का मुंह मिठा करा मां अज तू कातिल की मां भी बन गई। नहीं अमजद नहीं, फिर वो कातिल नहीं हो सकता। वो शरीफ खून है तो शराफत खून देंदी है लेंदी नहीं। पुलिस मुकाबले से मरण वाले हर डाकू की मां यो कहती है कि उन्होंने पुत्र बेकसूर ने। चौंकों च बम चलान वाले तकरीबकार की मावं भी यो कहदियां ने कि उन्होंने पुत्र बेकसूर ने। तो फिर इस वे चढ़ात ला के उस कातिल का इंतजार कर मां जो बयान ने उन्होंने बेकसूर साबित कर दिता। तो फिर समझ ले कि सारे कतल मैं किए सन। रब ने चाहा तो तू झूठा साबित होएगा अमजद, जरूर झूठा साबित होएगा। अमजद ठीक कहता मां, मैं कातिल। मैं कतल जरूर किते ने मां पर जुलम नहीं किया। बोल मां मैं किधरे जालम ते नहीं। फिर इंसान नु कतल करन नालों वड्डा जुलम होर केड़ा हो सकता है। कतल दी बख्शिश ना इस दुनिया विच ते ना ही अगले जहान विच। तू अपने आप नु कानून दे हवाले कर दे। मैं अपना मुकदमा इस दुनिया के सामने पेश नहीं करना चाहता मां। अदालत तेरी होगी, मुजरम तेरा एक पुत्र होगा, मुंसफ बन के ते फैसला करेगा। जे मैं कातिल साबित होया तो अपने सिर की चादर मेरे गल का फा पा दे, तो जे मैं बेकसूर साबित होया तो अपने पैरों की जन्नत मैं थोड़ी जी थां दे दी। ठीक है पीरू, अपना बयान जारी कर।
ਅੱਜ ਮਾਂ ਇਹੋ ਜਿਹਾ ਫੈਸਲਾ ਕਰੇਗੀ ਜਿਹਦੀ ਅਪੀਲ ਇਸ ਦੁਨੀਆ ਕੋਲ ਨਹੀਂ ਸਿਰਫ ਰੱਬ ਕੋਲ ਹੈ। ਮੇਰਾ ਵੀ ਛੋਟਾ ਜਿਹਾ ਘਰ ਸੀ ਜਿਹਦੇ ਵਿੱਚ ਮੇਰਾ ਛੋਟਾ ਭਰਾ ਤੇ ਇੱਕ ਮਾਂ ਸੀ। ਤੂੰ ਟਰੱਕ ਚਲਾਉਣ ਦੀ ਨੌਕਰੀ ਕੀ ਕਰ ਲਈਏ, ਭਰਾ ਦੀ ਛੋਟੀ ਜਿਹੀ ਖੁਆਇਸ਼ ਪੂਰੀ ਨਹੀਂ ਕਰ ਸਕਦਾ। ਉਹ ਜਿਉਣ ਜੋਗਾ ਅੱਜ ਫਿਰ ਨਾਰਾਜ਼ ਹੋ ਕੇ ਨਾ ਮੈਚ ਖੇਡਣ ਤੁਰ ਗਿਆ, ਪਰ ਤੂੰ ਤੂੰ ਨਹੀਂ ਆਇਆ। ਦੇਰ ਹੋ ਗਈ ਤੇ ਫਿਰ ਕੀ ਹੋਇਆ ਮਾਂ? ਕੱਲ ਅਸੀਂ ਸਟੇਡੀਅਮ ਵਿੱਚ ਜਾ ਕੇ ਆਪਣੇ ਜੱਦੀ ਵੀਰ ਦੇ ਛਿੱਕੇ ਵੇਖ ਲਾਂਗੇ, ਪਰ ਇੱਕ ਗੱਲ ਜੀ ਮਨ ਨਹੀਂ ਸਮਝ ਆਈ, ਸਾਡੇ ਘਰ 'ਚ ਇੰਨਾ ਸੋਹਣਾ ਕ੍ਰਿਕਟਰ ਕਿੱਥੇ ਜੰਮਦੇ ਆ? ਉਹ ਤੇ ਇਮਰਾਨ ਖਾਨ ਤੇ ਜਵੇਦ ਮੀਆਂ ਦਾ ਤਾਂ ਦੀਵਾਨਾ ਹੈ ਤੇ ਹਰ ਵੇਲੇ ਉਹਨਾਂ ਦੀ ਜ਼ਿੰਦਗੀ ਦੀ ਦੁਆ ਮੰਗਦਾ ਰਹਿੰਦਾ ਹੈ। ਮੇਰਾ ਖਿਆਲ ਹੈ ਜੱਦੀ ਆ ਗਏ। ਮੈਦਾਨ ਮੇ ਪਹੁੰਚੇ ਤੋ ਉਸਤ ਪਾਕਿਸਤਾਨ ਕੀ ਟੀਮ ਇੰਤਹਾਈ ਦਬਾਅ ਕੇ ਸ਼ਿਕਾਰ ਮੇ ਥੀ, ਨਿਹਾਤੇ ਹੀ ਜਾਰਹਾਨਾ ਕਿਸਮ ਕੇ ਸਟ੍ਰੋਕ ਖੇਲਣਾ ਸ਼ੁਰੂ ਕਰ ਦਿਏ। ਇੱਕ ਮਰਤਾ ਫਿਰ ਆਏ ਚੇਤਨ ਸ਼ਰਮਾ ਗੁਰਦੁਆਰੇ ਅਨਕੀ ਜਾਣੀ ਤੋਂ ਬੜੀ ਤੇਜ਼ ਸਾਥ ਭਾਗਦੇ ਹੋਏ ਐਮਪਾਇਰ ਬਰਾਸ ਕੇ ਗੇਂਦ ਕੀ ਔਰ ਸਿਰਫ ਫੁੱਟ ਪੈ ਕਰ ਉੱਚਾ ਸ਼ਾਟ ਖੇਲਣ ਮੇ ਕਾਮਯਾਬ ਹੋਏ, ਗੇਂਦ ਬਾਹਰ ਕੇ ਬਾਹਰ ਛੱਕਾ। ਵਾਹ ਭਾਈ ਵਾਹ, ਬੜੀ ਸੋਹਣੀ ਕਮੈਂਟਰੀ ਕੀਤੀ ਹੋ ਲਾਵੇ। ਤੇਰੀ ਕਮੈਂਟਰੀ ਸੁਣ ਕੇ ਮੈਂ ਇੰਨਾ ਕੁ ਮੁਤਾਸਰ ਹੋਇਆ, ਮੈਨੂੰ ਮੈਚ ਵੇਖਣਾ ਹੀ ਪੈ ਗਿਆ। ਖਾਲੀ ਕਮੈਂਟਰੀ ਸੁਣ ਕੇ ਖੁਸ਼ ਨਾ ਹੋ ਭਾਈ ਜਾਨ, ਅਗਰ ਕੱਲ੍ਹ ਤੁਸੀਂ ਮੇਰਾ ਫਾਈਨਲ ਮੈਚ ਵੇਖਣ ਸਟੇਡੀਅਮ ਨਾ ਨਾ ਆਏ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਮੇਰਾ ਆਖਰੀ ਮੈਚ ਹੋਵੇਗਾ। ਰੱਬ ਨਾ ਕਰੇ ਕਹਿੰਦਾ, ਤੂੰ ਸਾਰੀ ਜ਼ਿੰਦਗੀ ਕ੍ਰਿਕਟ ਖੇਡਦਾ ਰਹਿੰਦੇ ਔਰ ਮੈਚ ਪੈਂਦੇ ਰਹਿਣ ਤੇ ਬੰਦਾ ਚੁਆਣ ਰਹਿੰਦਾ। ਤੇ ਨਾਲੇ ਇੱਕ ਹੋਰ ਪੋਗਰਾਮ ਸੁਣ ਲਓ ਭਾਈ ਜਾਨ, ਉਹ ਜਾਬਰ ਖਾਨ ਨਾ ਉਹਨੇ ਕਿਹਾ ਅਗਰ ਤੂੰ ਕੱਲ੍ਹ ਗਰਾਊਂਡ ਦੇ ਵਿੱਚ ਛੱਕੇ ਮਾਰੇ ਨਾ ਤੇ ਮੈਂ ਤੇਰੀ ਕ੍ਰਿਕਟ ਛੁਡਾ ਦਿਆਂਗਾ। ਉਹ ਵੱਡੇ ਜਾਬਰ ਖਾਨ ਦੀ ਉਹਨੂੰ ਮੇਰੇ ਵੱਲੋਂ ਸੁਨੇਹਾ ਭੇਜ ਦੇ ਕਿ ਕ੍ਰਿਕਟ ਖੇਡ ਨੂੰ ਗੋਲੀਆਂ ਦਾ ਮੈਚ ਨਾ ਬਣਾਏ, ਕਿਧਰੇ ਨਾ ਹੋਏ ਕਿ ਲੋਕੀ ਦੁਸ਼ਮਣੀ ਵੇਖ ਕੇ ਖੇਡ ਕੋਲੋਂ ਨਫ਼ਰਤ ਕਰ ਜਾ। ਬਾਬਰ ਖਾਨ ਕ੍ਰਿਕਟ ਮੈਚ ਵਿੱਚ ਆਂਡੇ ਤੇ ਆਂਡੇ ਲਈ ਜਾ ਰਿਹਾ, ਉਹ ਟਰੱਕ ਡਰਾਈਵਰ ਦਾ ਭਰਾ ਤੇਰੇ ਕੋਲੋਂ ਹਰ ਮੈਚ ਜਿੱਤ ਕੇ ਤੇਰੇ ਮੂੰਹਾਂ ਤੇ ਕੱਲ ਅੱਗੇ ਮਾਰਾ ਲਾ ਰਿਹਾ। ਅਸੀਂ ਤੇ ਕਦੀ ਦੁਸ਼ਮਣੀ ਦਾ ਮੈਚ ਨਹੀਂ ਹਾਰੇ ਤੇ ਤੂੰ ਸਾਨੂੰ ਕਮੀਆਂ ਦੇ ਥੱਲੇ ਲਾ ਦਿੱਤਾ ਹੈ। ਇਹ ਮੇਰਾ ਕ੍ਰਿਕਟ ਦਾ ਆਖਰੀ ਮੈਚ ਹੈ ਭਾਈ ਜਾਨ, ਤੇ ਜੇ ਮੈਂ ਉਸ ਗਰੀਬੜੇ ਕੋਲੋਂ ਮੈਚ ਨਾ ਜਿੱਤ ਸਕਿਆ ਤੇ ਸਮਝ ਲੈਣਾ ਮੇਰੀ ਇਹ ਖੇਡ ਜੰਗ ਦੇ ਮੈਦਾਨ ਵਿੱਚ ਬਦਲ ਜਾਣੀ ਹੈ। ਨਹੀਂ, ਤੂੰ ਕੀ ਜੰਗ ਲੜਨੀ ਹੈ, ਅਸੀਂ ਸ਼ਿਕਸਤ ਨੂੰ ਮੌਤ ਨਾਲ ਤਰਜੀਹ ਦੇਣੇ ਆ। ਅਸੀਂ ਪੰਜਾਂ ਦਿਨਾਂ 'ਚ ਪੰਜ ਖਾਨਦਾਨ ਤਬਾਹ ਕਰ ਦੇਣੇ ਆ ਤੇ ਤੂੰ ਪੰਜ ਪੰਜ ਦਿਨ ਸਿਰਫ ਪੈਰ ਲੈ ਕੇ ਗਰਾਊਂਡ ਦਾ ਚੱਕਰ ਕਰਦੇ ਰਹਿਣਾ। ਕਹਿੰਦੇ ਆ ਤੌੜਾ ਲਵਾਉਣੇ ਵਾਲੇ ਟਾਈਗਰ, ਇਹ ਗੱਲ ਮੌਤ ਦੇ ਫਰਿਸ਼ਤੇ ਦਾ ਦੂਜਾ ਨਾਂ ਹੈ। ਆਡਾ ਤੇ ਕਾਨੂੰਨ ਨਾਲ ਸਾਰੀ ਜ਼ਿੰਦਗੀ ਦਾ ਮੈਚ ਹੈ ਟਾਈਗਰ। ਓਏ ਮੈਂ ਬੰਦਾ ਕਤਲ ਨਾ ਕਰਾਂ, ਕਾਰ ਦੀਆਂ ਦੀਵਾਰਾਂ ਚੜ ਲੱਗ ਪੈਣਾ ਵਾ। ਹੇ ਮੇਰੇ ਤਿੰਨੇ ਜਰਾਇਮ ਪੇਸ਼ਾ ਯਾਰ ਇਕੱਠੇ ਹੋ ਹੀ ਗਏ ਨੇ ਤੇ ਫਿਰ ਮੈਨੂੰ ਹਰ ਕੀਮਤ ਤੇ ਕ੍ਰਿਕਟ ਦਾ ਫਾਈਨਲ ਮੈਚ ਆਪਣੇ ਭਰਾ ਨੂੰ ਜਿਤਾਉਣਾ ਹੈ। ਭਾਵੇਂ ਇਹਦੇ ਲਈ ਮੈਨੂੰ ਸਟੇਡੀਅਮ ਵਿੱਚ ਗੋਲੀਆਂ ਦੀ ਬੋਲਿੰਗ ਕਿਉਂ ਨਾ ਕਰਾਉਣੀ ਪੈ ਜਾਏ।
ਬਹਾਦਰ ਤੁਸੀਂ ਮੇਰੇ ਕਾਗਜ਼ਾਤ ਛੇਤੀ ਨਾਲ ਚੈੱਕ ਕਰ ਲਵੋ। ਜੇ ਮੈਂ ਆਪਣੇ ਭਰਾ ਦਾ ਮੈਚ ਵੇਖਣ ਵਾਸਤੇ ਸਟੇਡੀਅਮ ਨਾ ਪਹੁੰਚਿਆ ਤਾਂ ਹਮੇਸ਼ਾ ਲਈ ਮੇਰੇ ਨਾਲ ਨਾਰਾਜ਼ ਹੋ ਜਾਏਗਾ। ਓਏ ਮੈਂ ਤੇਰੇ ਭਰਾ ਦੇ ਮੈਚ ਨੂੰ ਕੀ ਕਰਾਂ, ਮੈਨੂੰ ਤੇ ਤੇਰੇ ਤੇ ਸ਼ੱਕ ਏ। ਤੂੰ ਮਸ਼ਹੂਰ ਸਮਗਲਰ ਕਾਸਮ ਨੂਰੀ ਦਾ ਸਾਥੀ ਏ ਜਾਂ ਕੋਈ ਤਕਰੀਬਕਾਰ ਹੈ? ਓਏ ਪੂਰਾ ਅੱਧਾ ਘੰਟਾ ਲੱਗੇਗਾ ਇਹਨਾਂ ਕਾਗਜ਼ਾਂ ਨੂੰ ਚੈੱਕ ਕਰਨ ਲਈ, ਫਿਰ ਤੇਰਾ ਕੰਮ ਵੀ ਹੋ ਜਾਏਗਾ ਤੇ ਸਾਡਾ ਵੀ। ਜਲਦੀ ਕਰੋ, ਬੜੀ ਦੇਰ ਹੋ ਗਈ ਹੈ। ਓਏ 5 ਮਿੰਟ ਦੀ ਗੱਲ ਏ, ਤੂੰ ਮੈਚ ਦਾ ਫੈਸਲਾ ਵੀ ਵੇਖ ਲਏਗਾ ਤੇ ਸਾਡੇ ਤਨਖਾਹ ਦੇ ਨੋਟ ਵੀ ਖਰੇ ਹੋ ਜਾਣਗੇ। ਛੱਕਾ ਮਾਰਿਆ, ਅਸੀਂ ਉਹਨੂੰ ਗੋਲੀ ਤੇ ਗੋਲੀ ਮਾਰ ਦਿੱਤੀ। ਉਹਨੂੰ ਮੈਂ ਤਾਂ ਇੱਜ਼ਤ ਦਿੱਤੀ ਕਿ ਅਸੀਂ ਉਹਨੂੰ ਮੌਤ ਦਿੱਤੀ। ਪ੍ਰਾਣੂ ਗੁੱਲੀ ਡੰਡਾ ਸਿਖਾਣਾ ਸੀ ਉਹ ਮੇਰੇ ਪ੍ਰਾਣੇ ਛੱਕਾ ਮਾਰਿਆ ਤੇ ਤੁਸੀਂ 6 ਗੋਲੀਆਂ ਮਾਰ ਦਿੱਤੀਆਂ ਨੇ, ਛੱਕਾ ਮੈਂ ਵੀ ਮਾਰਾਂਗਾ। ਛੱਕਾ
छक्का मारन तो पहले ही रन आउट कर दो। कतल भी पीनू ते पा दियो। ऐतर बेखाए किलियां साड़ियां तेरे ते खून तेरे प्रादा एनू सीने ना लाके तेरी चक्का जरूर मारी, जरूर मारी। छोटा वीर कपड़ा सूट के आया, मैं कानून की नजर कातल भी बन गया ते मफलूर भी। ऐसे चक्कर में तीन खत्म कर देते मां, तीन हले बाकी ने, और जो फैसला तेरी अदालत करेगी मैंने मंजूर है। कातला नु सजा मिल जाती मैं तेन कातिल करार दे के आप फांसी कर तक छा दी, पर कानून गवाह लग रहा है लपन दे। तेरी मां की अदालत का फैसला है पुत्र, तू छक्का पूरा कर। पेश करा बदनाम सारे, मैनू लूणी लस्सी पिया, लूणी लस्सी मैं जाके मछ दे पैरी पैनू उन पहले पसमाना, फिर उन चोना, फिर उन मलटोई च पा के मधाणी फेर के मक्खन कट के ते गिलास ही लस्सी पा के लून खोर के तेरे मुंह ते लिया के मारना बद किरदारा। हेलो इंस्पेक्टर मुनीशा बोल रहे सर जी, तीजा कतल भी किन्नी नाल और सारे जिंदे सानू सू नहीं मिलती पई जी। ओके सर, सर ऐप के असं उन्हें पूरी ताकत ना गिरफ्तार करने की कोशिश करेंगे जी। जी बिल्कुल सर, हाँ जी हाँ जी। अरे किली ना बंदे मारन वाले आ, जे कलाशन कोप ना बंदे मारे तो मैं इसलिए किसी और ते पा दिया, और मैं किली कह रहा था जैसे मुझे मैं फड़ा दिया ते फिर ते फिर शेखुपुरे दी कि चौला नहीं पौड़ी ते सही वालदा कि ते सी चौदा पीपा थाने अलो तेरे ले ते फिर ओ विक्टा नाल अपने दुश्मन मारन वाले कातिल दा नाम पीरू जे। पीरू? हाँ पीरू, ते हुण मेरी मां दा जाली पुत्र बन के साडे घर च लुक के बैठा है। वेख किदी जुरत है जरा मेरे घर दे अंदर वड़ के इस घर दी तलाशी लवे।
गल सुन मां सके, एक बारी मेरे घर चोर आ गया सी, पर उन्हें भी मेनू मां कह के अद्धा घंटा मेरे सिर तेल दी मालिश करदा रहे। और मेनू इतला मिली है कि वो कातल तुहाडे घर च पनाह ले चुके है। वे मैं कोई सराह नहीं, जिथे राह जांदे मुसाफिर आजादी नाल अंदर आवड़न। मैं कोई लक्की रानी सर्कस नहीं, जिथे टिकट लेके ते जोड़ा बब्बर शेरां दा वेखन टुर जाओगे। मैं वारी जावा ए माई लफड़ी दा घर है, तेरे अंदर जाना इंजी मना है जिवें गवर्नर हाउस दे। बड़ा मान है तुहानू अपनी ताकत ते। वे मां दा मान ते रब भी रखदा है। आहो जे तेरी मां जूंदी है ना ते ओ भी तेरी वर्दी कोलों नहीं डरी होनी, ओने भी जदों आवाज दिती होनी है एहो ही क्या होना है। वे सुदी वे आंदी दफा मेरे हाथ से सेवन अप दी बोतल लेंदा आवी वे। ते जे तू हलाल दे ना साहब, आंदी दफा अपनी मां वास्ते पूरा डाला बोतलां दा लेंदा होवेगा। मां दा मुकाम अपनी थां ते वे, डिप्टी दा फर्ज अपनी थां ते। वे की थां थां लाई होई हूं, मां तेनू जमदी ना ते तू डिप्टी कित्थों बनदा है। मेरी गल बड़ी चुभी है ते फिर मां बन के मैनू अंदर जान दी इजाजत दियो। हां हुन गल कीती है ना, जा पुत्र अंदर चला जा, पर एक गल याद रखी, जे तू किसे ती पैन वाला लख चुके तकिया ते मैं तैनू अन्या करके डांग वाले हाथ तोड़ देंगी। हां जा चला जा। अमजद ने सानू पीरू दे मतलब गलत इतला दिती। सर पहले मुकबले गलत साबित हुई है। की गल है मां, ऐस चौंक च खलो के कितना दस रुपये करनी है? बस दुश्मन दा तेनू तुत्ते मैं खालस अपनी ममता दा प्याया सी, पर ओदे विच बेगैरती दी जा किने ला दिती है। ओ फिट किवें गया है? दूध फिटिया नहीं मां, उंज तेरी ममता दी बलदी अग नू सोना पित्तल पे नजर आउण लग पिया है। वे जे सोने ते पित्तल दी पछाण मां नू ना होंदी ते फिर रब भी क्यामत वाले दिन औलाद दी पछाण मां कोलों ना करांदा। वो भी जानता सी कि औलाद दा पुलेखा प्यो ते खा सकदा है पर मां नहीं खा सकदी। फिर तेनु पुलेखा पै गई मां, जमया सुर दिताई ते डिगे नु सिने ना ला लई। वे
ਗੱਲ ਹੈ ਨਾ ਤੇ ਫਿਰ ਚੁੱਕ ਡਾਂਗ ਤੇ ਪਾ ਲੈ ਰੱਫੜ। ਡਾਂਗ ਚੁੱਕ ਕੇ ਮਾਂ ਨਾਲ ਜੰਗ ਕਰਨ ਦਾ ਐਲਾਨ ਕਰ ਹੀ ਦਿੱਤਾ ਹੀ ਨਾ ਤੇ ਫਿਰ ਇਹ ਵੀ ਦੱਸ ਪੁਲਿਸ ਨੂੰ ਮੁਖਬਰੀ ਕਿਨੇ ਕੀਤੀ ਸੀ? ਇੱਕ ਚੋਰ ਨੇ ਮੇਰੀ ਮਾਂ ਚੁਰਾਈ ਸੀ ਤੇ ਮੈਂ ਉਸ ਚੋਰ ਦਾ ਨਾਂ ਥਾਣੇ ਦੇ ਆਇਆ ਵਾਂ। ਤੇ ਜਿਸ ਚੋਰ ਨੂੰ ਤੂੰ ਭਰਾ ਨਹੀਂ ਕਹਿ ਸਕਿਆ ਉਹਦੇ ਤੇ ਮਾਂ ਚੁਰਾਉਣ ਦਾ ਇਲਜ਼ਾਮ ਕਿਉਂ ਲਾ ਦਿੱਤਾ? ਤੇ ਜਿਹਨੂੰ ਜ਼ਿੰਦਗੀ ਬਚਾਉਣ ਦਾ ਸ਼ੁਕਰੀਆ ਅਦਾ ਨਹੀਂ ਕਰ ਸਕਿਆ ਉਹਨੂੰ ਕੈਦ ਕਰਾਉਣ ਦਾ ਤੇਰਾ ਕੀ ਹੱਕ ਹੈ? ਜਿਸ ਪੁੱਤਰ ਦੇ ਸਿਰ ਤੇ ਮਾਂ ਦਾ ਹੱਥ ਹੋਵੇ ਉਹਦੇ ਸਿਰ ਤੋਂ ਮਾਂ ਦਾ ਹੱਥ ਚੁੱਕਣ ਦਾ ਤੈਨੂੰ ਕੀ ਹੱਕ ਹੈ? ਇਸ ਬਸਤੀ ਚੋਂ ਬਾਹਰ ਨਿਕਲ ਜਾਵੇ ਤੇ ਸਿਰ ਤੋਂ ਮਾਂ ਹਟ ਗਈ ਸੀ ਨਾ ਤੇ ਰੱਬ ਨੇ ਵੀ ਉਹਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਸਮਝ ਲੈ ਸਮਝ ਲੈ ਅੱਜ ਤੋਂ ਤੇਰੇ ਸਿਰ ਤੇ ਵੀ ਮਾਂ ਨਹੀਂ ਰਹੇਗੀ ਤੇ ਹੁਣ ਮੈਂ ਵੇਖਾਂਗੀ ਕਿ ਦੁਨੀਆ ਵਿੱਚ ਕਿਵੇਂ ਜੀਣਾ ਕਿਵੇਂ ਜੀਣਾ ਕਿਵੇਂ ਜੀਣਾ। ਜਿਹਨਾਂ ਹੱਥ ਨਾਲ ਤੂੰ ਮੈਨੂੰ ਲੋਰੀਆਂ ਦਿੰਦੀ ਰਹੀ ਅੱਜ ਉਸ ਨਾਲ ਤੂੰ ਮੈਨੂੰ ਚੁਪੇੜਾਂ ਮਾਰੀਆਂ ਨੇ। ਜਿਹਨਾਂ ਹੱਥ ਨਾਲ ਤੂੰ ਮੈਨੂੰ ਰੱਬ ਕੋਲੋਂ ਮੰਗਿਆ ਸੀ ਅੱਜ ਉਹਨਾਂ ਨਾਲ ਮੈਨੂੰ ਪਿੰਡੋਂ ਬਾਹਰ ਕਰ ਦਿੱਤਾ ਸੀ। ਪਰ ਕੋਈ ਗੱਲ ਨਹੀਂ ਜੇ ਤੂੰ ਮਾਈ ਰੱਫੜੀ ਹੈ ਤੇ ਮੈਂ ਵੀ ਤੇਰਾ ਪੁੱਤਰ ਹਾਂ ਇਹੋ ਜਿਹਾ ਰੱਫੜ ਪਾਵਾਂਗਾ ਕਿ ਇਸ ਤੋਂ ਬਾਅਦ ਕੋਈ ਡਾਕੂ ਕਿਸੇ ਦੀ ਮਾਂ ਡਾਕਾ ਨਹੀਂ ਪਾਏਗਾ ਨਹੀਂ ਪਾਏਗਾ ਨਹੀਂ ਪਾਏਗਾ ਨਹੀਂ ਪਾਏਗਾ। ਅਮਜਦ ਅਮਜਦ ਕੀ ਅਮਜਦ ਅਮਜਦ ਕਹੀ ਜਾ ਰਹੇ ਹੈ ਤੇਰਾ ਮੇਰਾ ਰਿਸ਼ਤਾ ਕੀ ਹੈ? ਤੂੰ ਠੀਕ ਕਹਿ ਰਿਹਾ ਅਮਜਦ ਕਿ ਤੇਰਾ ਮੇਰਾ ਰਿਸ਼ਤਾ ਤਾਂ ਕੋਈ ਨਹੀਂ ਪਰ ਮਾਂ ਜੀ ਨੇ ਬੈਠੇ ਬਿਠਾਏ ਇਹੋ ਜਿਹਾ ਰਿਸ਼ਤਾ ਬਣਾ ਦਿੱਤਾ ਜਿਹੜਾ ਹੁਣ ਕਦੀ ਵੀ ਨਹੀਂ ਟੁੱਟ ਸਕਦਾ। ਮਾਂ ਜੀ ਦਾ ਹਾਲ ਕੀ ਹੈ? ਕਰ ਨੂੰ ਖੰਡਰ ਬਣਾ ਕੇ ਪੁੱਛਣਾ ਹੈ ਕਿ ਜੰਨਤ ਦਾ ਕੀ ਹਾਲ ਹੈ ਆਪਣੇ ਪੈਰਾਂ ਦੀ ਮਿੱਟੀ ਉਹਦੇ ਸਿਰ 'ਚ ਪਾ ਕੇ ਪੁੱਛਣਾ ਹੈ ਕਿ ਉਹਦੇ ਸਿਰ ਦੀ ਚਾਦਰ ਦਾ ਕੀ ਹਾਲ ਹੈ ਉਹਨੂੰ ਮੇਰਾ ਦੁਸ਼ਮਣ ਬਣਾ ਕੇ ਪੁੱਛਣਾ ਹੈ ਕਿ ਮਮਤਾ ਦਾ ਕੀ ਹਾਲ ਹੈ। ਤੈਨੂੰ ਗੱਲ ਫਹਿਮੀ ਹੋਈ ਹੈ ਅਮਜਦ ਮੈਂ ਨਾ ਬੁਰਾ ਤੇ ਨਹੀਂ ਯਾਰ ਓਏ ਤੂੰ ਤੇ ਡਾਕੂ ਹੈ ਜਿਹੜਾ ਸੋਨਾ ਚਾਂਦੀ ਲੁੱਟਣ ਦੇ ਨਾਲ ਨਾਲ ਮਾਵਾਂ ਪੈਣਾ ਦੇ ਸਕੂਨ ਵੀ ਲੁੱਟ ਲੈਣਾ ਹੈ। ਓਏ ਤੂੰ ਤੇ ਉਹ ਕਾਤਿਲ ਹੈ ਜਿਹੜਾ ਕਾਨੂੰਨ ਤੋਂ ਬਚਣ ਲਈ ਮਾਂ ਦੀ ਚਾਦਰ ਨੂੰ ਆਪਣਾ ਮੰਡਾਸਾ ਬਣਾ ਲੈਂਦਾ ਹੈ। ਓਏ ਤੂੰ ਤੇ ਉਹ ਤਕਰੀਬਕਾਰ ਹੈ ਜਿਹੜਾ ਤਰਤੀ ਮਾਂ ਨੂੰ ਵੀ ਫਟ ਲੈਂਦਾ ਹੈ ਤੇ ਆਪਣੀ ਮਾਂ ਨੂੰ ਵੀ। ਓਏ ਮੈਨੂੰ ਤੇਰੀ ਮਾਂ ਦਾ ਪਤਾ ਹੋਵੇ ਤੇ ਮੈਂ ਉਹਨੂੰ ਕਬਰ ਚੋਂ ਕੱਢ ਕੇ ਉਹਦੇ ਕੋਲੋਂ ਪੁੱਛਾਂ ਕਿ ਇਹ ਕਿਹੋ ਜਿਹਾ ਪੁੱਤਰ ਪੈਦਾ ਕੀਤਾ ਈ ਜਿਹੜਾ ਫਾਂਸੀ ਕੋਲੋਂ ਬਚਣ ਲਈ ਲੋਕਾਂ ਦੀਆਂ ਮਾਵਾਂ ਨੂੰ ਕੈਸ਼ ਕਰ ਰਿਹਾ ਹੈ। ਅਮਜਦ ਬਿਰੋ ਇਹ ਸਿਰਫ ਤੇਰੀ ਚਪੇੜ ਦਾ ਜਵਾਬ ਹੈ ਤੇ ਮੈਨੂੰ ਵਜੀਆਂ ਮਾਂ ਦੀਆਂ ਚਪੇੜਾਂ ਹਾਲੇ ਉਧਾਰ ਨੇ। ਇਹ ਗੱਲ ਯਾਦ ਰੱਖੀ ਪੀਰੂ ਹੁਣ ਮੈਂ ਤੈਨੂੰ ਜਦੋਂ ਵੀ ਮਿਲਿਆ ਦੁਸ਼ਮਣ ਬਣ ਕੇ ਮਿਲਾਂਗਾ ਦੁਸ਼ਮਣ ਬਣ ਕੇ। ਅੱਜ ਕਾਨੂੰਨ ਨੇ ਕੋਈ ਦੁੱਖ ਦਿੱਤਾ ਹੀ ਜਾਂ ਮਾਂ ਨਾਲ ਕੋਈ ਗਿਲਾ? ਦੱਸ ਮਾਂ ਅੱਜ ਤੂੰ ਕਰੋ ਕਿਉਂ ਕਦੇ ਜਿਹੜਾ ਪੁੱਤਰ ਭਰਾ ਨੂੰ ਭਰਾ ਨਾ ਕਵੇ
ਉਹਨੂੰ ਮਾਂ ਦੇ ਘਰ ਚ ਰਹਿਣ ਦਾ ਕੋਈ ਹੱਕ ਨਹੀਂ। ਰੱਬ ਨੇ ਦਿੱਤਾ ਤੇ ਉਹ ਦੁਸ਼ਮਣਾਂ ਨੇ ਖੋਲਿਆ, ਤੂੰ ਆਪਣਾ ਨਸੀਬਾਂ ਨੇ ਦਿੱਤਾ ਤੇ ਉਹ ਮਾਂ ਨੇ ਖੋਲਿਆ। ਜੇ ਮੇਰੇ ਕਦਮ ਇੰਨੇ ਮਨਹੂਸ ਨੇ ਮਾਂ, ਤੇ ਆਪਣੇ ਪੁੱਤਰ ਨੂੰ ਵਾਪਸ ਲੈ ਆ, ਨਹੀਂ ਤਾਂ ਮੈਂ ਤੇਰਾ ਘਰ ਛੱਡ ਜਾਵਾਂਗਾ। ਜੇ ਮੇਰਾ ਭਰਾ ਵਾਪਸ ਲਾਇਆ ਤੇ ਮੈਂ ਤੈਨੂੰ ਮਾਂ ਕਿਵੇਂ ਛੱਡ ਦਿਆਂਗਾ ਮਾਂ? ਮਾਂ ਨਾਲ ਰਿਸ਼ਤਾ ਤੋੜਨਾ ਐਡਾ ਆਸਾਨ ਨਹੀਂ ਬਈ ਮਾਨਾ। ਇਹ ਕੋਈ ਜ਼ਮੀਨ ਦਾ ਪਲਾਟ ਨਹੀਂ ਜਿਹਦਾ ਬਿਆਨਾ ਹੋ ਕੇ ਸੌਦਾ ਟੁੱਟ ਜਾਏਗਾ। ਰਿਸ਼ਤਾ ਨਹੀਂ ਜਿਹੜਾ ਤਲਾਕ ਦੇ ਕਾਗਜ਼ ਨਾਲ ਮੁੱਕ ਜਾਏਗਾ। ਮਾਂ ਪੁੱਤਰ ਦਾ ਰਿਸ਼ਤਾ ਤੋੜਨ ਲਈ ਤਾਂ ਰੱਬ ਕੋਲ ਵੀ ਮੌਤ ਦੇ ਸਿਵਾ ਹੋਰ ਕੋਈ ਤਰੀਕਾ ਨਹੀਂ ਸੀ। ਜੇ ਤੂੰ ਕੋਈ ਤਰੀਕਾ ਹੈ ਰਿਸ਼ਤਾ ਤੋੜਨ ਲਈ ਲੱਭ ਹੀ ਦੇ, ਤਾਂ ਫਿਰ ਪਹਿਲਾਂ ਕਹੋਵੇ ਕਿ ਤੂੰ ਪੁੱਤਰ ਨਹੀਂ ਕਪੁੱਤਰ ਹੈ। ਕਹੋਵੇ ਕਹੋਵੇ ਤੂੰ ਕਪੁੱਤਰ ਹੈ। ਮਾਂ ਪੁੱਤਰ ਦਾ ਖੂਨੀ ਰਿਸ਼ਤਾ ਜੋੜਨ ਲਈ ਇਹ ਸਹਿਰ ਵੀ ਪੀ ਲੈ ਪੀਰੂ। ਕਹਿੰਦੇ ਮੈਂ ਪੁੱਤਰ ਨਹੀਂ ਕਪੁੱਤਰ, ਮੈਂ ਕਪੁੱਤਰ 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 ਕਪੁੱਤਰ। ਤੂੰ ਪੁੱਤਰ ਤੋਂ ਕਪੁੱਤਰ ਬਣ ਸਕਣਾ ਹੈ ਤੇ ਫਿਰ ਮੈਂ ਵੀ ਮਾਂ ਤੋਂ ਕਮਾਂ ਬਣ ਸਕਦੀ ਹਾਂ। ਸਿੱਧਾ ਹੋ ਕੇ ਮੇਰੇ ਸਾਹਮਣੇ ਖਲੋ ਜਾਵੇ, ਅੱਜ ਮੈਂ ਤੇਰੇ ਨਾਲ ਆਪਣਾ ਰਿਸ਼ਤਾ ਤੋੜਨ ਲੱਗੀ ਹਾਂ। ਤੇਰੀ ਮਾਂ ਨੂੰ ਮਾਰ ਕੇ ਤੇਰੇ ਕੋਲੋਂ ਬਦਲਾ ਲੈਣ ਲੱਗੀ ਸਾਂ। ਤੇਰੀ ਮਾਂ ਮਰ ਕੇ ਤੇ ਤੂੰ ਆਪ ਮਰ ਜਾਏਗਾ। ਬਿਲਕੁਲ ਨਹੀਂ, ਤੂੰ ਨਹੀਂ ਮਰ ਸਕਦੀ ਮਾਂ, ਤੂੰ ਨਹੀਂ ਮਰ ਸਕਦੀ। ਮੈਂ ਤੇ ਆਪਣੀ ਜ਼ਿੰਦਗੀ ਦੇ ਕੇ ਤੇਰੇ ਪੁੱਤਰ ਤੇ ਆਪਣੇ ਵੀਰ ਦੇ ਸਰ ਚ ਵਾਪਸ ਕਰਨਾ ਚਾਹੁੰਦਾ ਸਾਂ, ਪਰ ਜੇ ਤੇਰੇ ਕੋਲ ਮੇਰੀ ਚੁਦਾਈ ਬਰਦਾਸ਼ਤ ਨਹੀਂ ਆਉਂਦੀ ਮਾਂ, ਮੈਂ ਤੇਰੇ ਦੋਵਾਂ ਇਸ ਘਰ ਵਿੱਚ ਤੇਰੇ ਪੁੱਤਰ ਦੀ ਚੋਰੀ ਨੂੰ ਵਾਪਸ ਲਿਆਵਾਂਗਾ। ਮੈਂ ਜ਼ਰੂਰ ਲਿਆਵਾਂਗਾ ਮਾਂ, ਮੈਂ ਜ਼ਰੂਰ ਲਿਆਵਾਂਗਾ। ਦੁਸ਼ਮਣ ਮੁਕਾ ਕੇ ਪਾਈ ਪਾਈ ਚੁਕਾ ਦੇਗਾ। ਓਏ ਐਡਾ ਫਾ ਕੇ ਤੇ ਜ਼ਰੂਰ ਕਲੈਸ਼ਨ ਕੋਫ ਨਾ ਮਾਰ ਨਹੀਂ, ਉਹ ਸਰੀਆ ਮਾਰ, ਉਹ ਇੱਟ ਮਾਰ, ਉਹ ਫੋਟਾ ਖਾਓ ਅੱਛਾ ਜਾ। ਮੁਫਤ ਕਲੈਸ਼ਨਕੋਫ ਚਾਹੀਦੀ ਆ ਤੇ ਆ ਮੇਰੇ ਨਾਲ ਚੱਲ, ਉੱਥੇ ਤੈਨੂੰ ਦੌਲਤ ਵੀ ਮਿਲੇਗੀ ਤੇ ਹਰ ਕਿਸਮ ਦਾ ਅਸਲਾ ਵੀ। ਚੱਲ
ਦੇ ਬਗਿਆਨ ਦੇ ਘਰ ਚ ਆ ਕੇ ਵੀ ਸੱਪਾ ਦੇ ਸਿਰ ਫੇ ਦੇਣ ਵਾਲਾ ਕੋਈ ਸ਼ੇਰ ਹੀ ਹੋ ਸਕਦਾ ਹੈ। ਦੱਸ ਜਾਬਿਰ ਖਾਨ ਤੇਰੇ ਇਸ ਬਹਾਦਰੀ ਦਾ ਕੀ ਨਾਮ ਦੇਵੇ? ਆਪਣੇ ਹੱਥ ਦੀ ਕਲਾਸ਼ਨਕੋਫ। ਕਿਆ ਹੈ, ਕਿਸੇ ਦੁਸ਼ਮਣ ਨੂੰ ਮਾਰਨਾ ਹੀ ਜਾਂ ਕੋਈ ਸਿਆਸੀ ਰੰਗ ਦੀ ਤਖਰੀਬਕਾਰੀ ਕਰਨੀ ਆ? ਤਖਰੀਬਕਾਰਾਂ ਦਾ ਕੰਮ ਆਪਣੀ ਧਰਤੀ ਮਾਂ ਨੂੰ ਜ਼ਖਮੀ ਕਰਨਾ ਹੈ, ਤੇ ਮੈਂ ਆਪਣੀ ਮਾਂ ਦਾ ਬਦਲਾ ਲੈਣਾ ਹੈ। ਤੇਰੇ ਦੁਸ਼ਮਣ ਦਾ ਨਾਂ ਕੀ ਹੈ? ਪੀਰੂ, ਕਾਤਲ ਪੀਰੂ। ਉਹਨੇ ਮੇਰੀ ਮਾਂ ਦਾ ਝੂਠਾ ਪੁੱਤਰ ਬਣ ਕੇ ਮੇਰੇ ਕੋਲੋਂ ਮੇਰੀ ਮਾਂ ਖੋਈ ਹੈ, ਤੇ ਮੈਂ ਉਹਦੇ ਦਿਲ ਵਿੱਚੋਂ ਖੂਨ ਦਾ ਇੱਕ ਇੱਕ ਕਤਰਾ ਖੋਲਾਂਗਾ। ਪੀਰੂ ਨੂੰ ਮਾਰਨ ਲਈ ਅਸੀਂ ਕਲਾਸ਼ਨਕੋਫ ਛੱਡ ਕੇ ਤੈਨੂੰ ਤੋਪ ਵੀ ਦੇ ਸਕਦੇ ਹਾਂ, ਪਰ ਇਹਦੇ ਬਦਲੇ 'ਚ ਇਹਦੀ ਕੀਮਤ ਨੋਟਾਂ ਦੀ ਸ਼ਕਲ 'ਚ ਨਹੀਂ, ਵਫਾਦਾਰੀ ਦੀ ਸੂਰਤ 'ਚ ਲਵਾਂਗੇ। ਦੁਸ਼ਮਣ ਦੇ ਕਤਲ 'ਚ ਸਾਥ ਦੇਣ ਵਾਲੇ ਦਾ ਕੋਈ ਮੁੱਲ ਨਹੀਂ ਹੁੰਦਾ ਜਾਬਰ ਖਾਨ, ਮੈਨੂੰ ਤੁਹਾਡੀ ਹਰ ਸ਼ਰਤ ਮਨਜ਼ੂਰ ਹੈ। ਅੱਜ ਦੇ ਬਾਅਦ ਪੀਰੂ ਆਖਰੀ ਵਾਰੀ ਮੇਰੀ ਮਾਂ ਨੂੰ ਮਿਲਣ ਜਾਏਗਾ। ਖੈਰ ਹੈ, ਤੈਨੂੰ ਆਖਿਆ ਸੀ ਨਾ ਪੀਰੂ ਕਿ ਅੱਜ ਦੇ ਬਾਅਦ ਤੂੰ ਮੈਨੂੰ ਜਦੋਂ ਵੀ ਮਿਲੇਗਾ ਦੁਸ਼ਮਣ ਬਣ ਕੇ ਮਿਲਾਂਗਾ। ਆਹੋ, ਪਰ ਮੈਂ ਵੀ ਤਾਂ ਤੈਨੂੰ ਆਖਿਆ ਸੀ ਜਦੋਂ ਮਿਲਾਂਗਾ ਭਰਾ ਬਣ ਕੇ ਮਿਲਾਂਗਾ। ਤੂੰ ਕਾਤਲ ਹੈ ਤੇ ਤੇਰੀ ਸਜ਼ਾ ਮੌਤ ਹੈ। ਤੂੰ ਬੇਕਸੂਰ ਹੈ ਅਮਜਦ, ਤੇਰੀ ਜ਼ਿੰਦਗੀ ਮੇਰੀ ਦੌਲਤ ਹੈ। ਮੈਂ ਤਾਂ ਤੇਰੀ ਲਾਸ਼ ਨੂੰ ਵੀ ਕੰਧਾ ਨਹੀਂ ਦੇਣਾ ਚਾਹੁੰਦਾ ਹੈ, ਪਰ ਮੈਂ ਤੇ ਤੈਨੂੰ ਸਾਰੀ ਹਯਾਤੀ ਲਈ ਜ਼ਿੰਦਾ ਰਹਿਣ ਵਾਲੇ ਸਿਹਰੇ ਬਣ ਕੇ ਆਪਣੇ ਮੋਢਿਆਂ ਤੇ ਬਿਠਾਉਣਾ ਚਾਹੁੰਦਾ ਵਾਂ। ਅਮਜਦ, ਆਜ ਆਪਣੀ ਜ਼ਿੰਦਗੀ ਦੀ ਆਖਰੀ ਖਵਾਹਿਸ਼ ਦੱਸ। ਹੋਏ ਜ਼ਬਾਨ ਨਾਲ ਭਾਈ ਜਾਨ ਕਹਿੰਦਾ ਜਾ, ਚੰਗਲ ਨਾਲ ਘੋੜਾ ਨੱਪਦਾ ਜਾ, ਇਹੋ ਮੇਰੀ ਖਵਾਹਿਸ਼ ਹੈ ਅਮਜਦ। ਭਾਈ ਜਾਨ ਨਹੀਂ, ਤੇਰੀ ਜਾਨ ਦਾ ਦੁਸ਼ਮਣ ਕੋ ਹੈ? ਨਿਸ਼ਾਨਾ ਤੇ ਸਹੀ ਮਾਰਨ ਲੈਕਾ ਲੋਕੀ ਇਹ ਨਾ ਕਹਿਣ ਕੇ ਵੱਡਾ ਭਰਾ ਸੂ ਤੇ ਰਹੀ ਪਿਆ ਕਰਦਾ ਹੈ। ਇਹਦੀ ਲਾਸ਼ ਮੇਰੀ ਮਾਂ ਦੇ ਬੂਹੇ ਅੱਗੇ ਸੁੱਟਿਆ ਤਾਂ ਕਿ ਉਹ ਆਖਰੀ ਵਾਰੀ ਇਹਦਾ ਦੀਦਾਰ ਕਰ ਲਵੇ। ਪਹਿਲਾਂ ਦੱਸੋ, ਏ ਮੇਰਾ ਛੋਟਾ ਭਰਾ ਚਲਾ ਗਿਆ? ਉਹ ਤੇਰੇ ਕਫਨ ਦਾ ਬੰਦੋਬਸਤ ਕਰਨ ਚਲਾ ਗਿਆ ਹੈ।
ਚਲਾ ਗਿਆ ਤੇ ਸਮਝੋ ਤੁਹਾਡੀ ਮੌਤ ਨੇੜੇ ਆ ਗਈ ਓਏ। ਹੁਣ ਤੁਸੀਂ ਮੈਨੂੰ ਇੱਥੋਂ ਜਾ ਕੇ ਵਿਖਾਓ। ਜੀ ਮਨ ਕੋ ਪਿੱਛੇ ਬੰਦਾ ਮਸ਼ਕੂਕ ਨਜ਼ਰ ਆਇਆ ਜੀ। ਡਰਾਈਵਰ ਗੱਡੀ ਫੌਰਨ ਪਿੱਛੇ ਲੈ ਚੱਲ। ਮੱਝਾਂ ਚਾੜਨ ਵਾਲਾ ਵਿਚਾਰਾ ਸਕੂਨ ਲੈ ਰਿਹਾ। ਡਰਾਈਵਰ ਗੱਡੀ ਅੱਗੇ ਲੈ ਚੱਲ। ਮੇਰਾ ਦਿਲ ਕਹਿੰਦਾ ਹੈ ਇਹਨੂੰ ਗੋਲੀਆਂ ਜ਼ਰੂਰ ਅਮਜਦ ਨੇ ਮਾਰੀਆਂ ਨੇ। ਜਿੱਥੇ ਦੁਸ਼ਮਣੀ ਵੀ ਪੈੜੀ ਹੈ ਤੇ ਪਿਆਰ ਵੀ। ਅੱਲਾਹ ਤਾਲਾ ਨੇ ਤੁਹਾਡੇ ਪੁੱਤਰ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਮਾਂ ਜੀ, ਪਰ ਇਹ ਪਤਾ ਨਹੀਂ ਚੱਲ ਸਕਿਆ ਕਿ ਕਿਹੜੇ ਦੁਸ਼ਮਣ ਨੇ ਉਹਨੂੰ ਗੋਲੀ ਮਾਰੀ ਹੈ ਤੇ ਕਿਉਂ ਮਾਰੀ ਹੈ। ਡਾਕਟਰ ਸਾਹਿਬ ਇਹ ਦੁਸ਼ਮਣ ਦਾ ਹੈ, ਇਹਦਾ ਮੰਜਾ ਉੱਪਰ ਵਾਲੀ ਮੰਜ਼ਿਲ ਤੇ ਡਾ ਦਿਓ। ਇਹਦੇ ਸਭ ਤੋਂ ਵੱਡੇ ਦੁਸ਼ਮਣ ਦਾ ਮੈਨੂੰ ਪਤਾ ਹੈ, ਇਸ ਲਈ ਕਿ ਉਸ ਜੂਮ ਜੋਗੇ ਦੀ ਸਭ ਤੋਂ ਵੱਡੀ ਦੁਸ਼ਮਣ ਮੈਂ ਹਾਂ। ਜਾਣਦਾ ਸਾਇਮਾ ਕੌਣ ਹੈ? ਜਾਣਦਾ ਵਾ, ਛੇਤੀ ਦੱਸ ਤੂੰ ਕੌਣ ਹੈ? ਆਸ਼ਿਕ ਤੇ ਪਰਵਾਨਾ। ਪਤਾ ਹੀ ਮੈਂ ਕੌਣ ਹਾਂ? ਕਾਨੂੰਨ ਤੇ ਆਵਾਮ ਦਾ ਨੌਕਰ, ਇੱਕ ਤਨਖਾਹਦਾਰ। ਪਤਾ ਹੀ ਮੇਰੇ ਇਖਤਿਆਰ ਇੱਕ ਸਜ਼ਾ ਹੈ ਤੇ ਮੇਰੇ ਇਖਤਿਆਰ ਇੱਕ ਵਫਾ ਹੈ। ਮੈਂ ਕਾਨੂੰਨ ਦਾ ਮੁਹਾਫਿਜ਼ ਹਾਂ, ਮੈਂ ਇਸ਼ਕ ਦਾ ਹਾਫਿਜ਼ ਹਾਂ। ਮੇਰੇ ਕੋਲ ਹੱਥਕੜੀ ਗੋਲੀ ਤੇ ਜੇਲ ਹੈ, ਜ਼ਿੰਦਗੀ ਕੁਰਬਾਨ ਕਰਨਾ ਮੇਰੇ ਲਈ ਖੇਲ ਹੈ। ਨਿਕਲ ਜਾ ਮੇਰੇ ਘਰ ਚੋਂ, ਤੇ ਜੇ ਆਇੰਦਾ ਤੂੰ ਇੱਥੇ ਪੈਰ ਰੱਖਿਆ ਤਾਂ ਮੈਂ ਤੇਰੀਆਂ ਲੱਤਾਂ ਵੱਢ ਦਿਆਂਗਾ। ਅੱਜ ਤੇ ਤੂੰ ਮੇਰਾ ਗਾਟਾ ਵੀ ਲਾ ਸਕਦਾ ਹੈ। ਅੱਜ ਪਤਾ ਲੱਗਾ ਜਦੋਂ ਸਾਡੀ ਭੈਣ ਦਾ ਇੰਤਕਾਲ ਹੋਇਆ ਤਾਂ ਉਹਦੇ ਪਿੰਡੇ ਦੇ ਲਾਸ਼ਾਂ ਕਿਉਂ ਸਨ? ਕਾਤਲ ਭਰੋਈਆ ਸਾਹਿਬ, ਜੇ ਸਾਡੇ ਸੋਹਣੇ ਮੁੰਡੇ ਨੂੰ ਤੁਸੀਂ ਜਵਾਈ ਕਬੂਲ ਨਹੀਂ ਕਰਨਾ ਤੇ ਤੁਹਾਡਾ ਜਵਾਈ ਕੀ ਕੋ ਕਾਫ ਤੋਂ ਹੈ? ਜਿਹਦੇ ਪਿੱਛੇ ਅੱਡ ਦਸ ਸੁਰੇਲਾ ਗਾਣੇ ਗਾਉਂਦੀਆਂ ਹੋਣ ਕਿ ਅੰਬੜੀ ਦੇ ਦਿਲ ਦਾ ਸਹਾਰਾ ਨੀ ਘੋੜੇ ਤੇ ਛਲੇਟਾ ਚੜਿਆ ਨਹੀਂ ਚੜਿਆ। ਬਸ ਸੁਣੋ,
अज तो बाद सायमा के कमरे नु हवालात बना दो। जे तेरा प्यो मौला जट बन गया तो मैं लोरी नट बन के तेरा विह अमजद नहीं करावगा। पर एक प्रॉब्लम है, नकाह नामे तो दस्खत तेरे प्यो दे होने ना, तुम मनाना भी जरूरी है। डिप्टी साहब तस्वीर चो बाहर निकल के मेरी गल सुन लो, मन जाओ डिप्टी साहब, मन जाओ, याद करो जो तुम असी भैन दिती सी उदो तुम भी अर्दली साहब यस सर नो सर पानी लियावा सर तुम्हें जाके मना लिया विह तेरा होना मेरा नहीं होना। अमजद मेरा प्यार है, मेरी जिंदगी है, मेरी शादियों का नाम होगी, नहीं तो मैं कुछ खा के मर जावांगी, मर जावांगी पापा, मर जावांगी। ਕਰ ਜਾਵਾਂਗੇ
ਵੱਜੇ ਸ਼ਹਿਨਾਈ ਮੇਰਾ ਦਿਲ ਜਾਵੇ ਮੋਹੀ ਮੇਰਾ ਲੈ ਕੇ ਬਰਾਤ ਆਵੇ ਸ਼ਾਦੀ ਕਰਾ ਦੇ ਕਾਨੋਵੇਂ ਦੇ ਹੀਰ ਰਾਂਝਾ ਕਰ ਲੈਣ ਦੇ ਉਹ ਦੁੱਖ ਸੁੱਖ ਸਾਂਝਾ ਰਸਤਾ ਨਾ ਰੋਕ ਸਾਨੂੰ ਮਿਲ ਜਾਣ ਦੇ ਓਏ ਫੁੱਲ ਅਰਮਾਨਾਂ ਵਾਲੇ ਖਿਲ ਜਾਣ ਦੇ ਰੋਜ਼ ਦੀ ਇਹ ਕਿਲ ਕਿਲ ਅੱਜ ਤੂੰ ਮੁਕਾ ਦੇ ਮੰਮੀ ਜਾਨ ਮੇਰੀ ਸ਼ਾਦੀ ਕਰਾ ਦੇ ਪਾਪਾ ਜਾਨ ਮੇਰੀ ਸ਼ਾਦੀ ਕਰਾ ਦੇ ਮੇਰੀ ਸ਼ਾਦੀ ਕਰਾ ਦੇ ਹਰ ਵੇਲੇ ਵੱਢਦੀ ਜਵਾਨੀ ਚੁੰਡੀਆਂ ਅੱਖੀਆਂ ਦਾ ਵੇੜਾ ਛੱਡ ਗਈਆਂ ਨਿੰਦਰਾਂ ਛੇਤੀ ਨਾਲ ਹੁਣ ਤੋਂ ਕਲਮੇ ਪੜਾ ਦੇ ਪਾਪਾ ਜਾਨ ਮੇਰੀ ਸ਼ਾਦੀ ਕਰਾ ਦੇ ਮੰਮੀ ਜਾਨ ਮੇਰੀ ਸ਼ਾਦੀ ਕਰਾ ਦੇ ਕੀ ਗੱਲ ਹੈ ਬੇਟਾ ਸੋਏ ਅੱਜ ਕਿਹੜੇ ਕਿਹੜੇ ਜੁਰਮ ਦਾ ਤੇ ਕਿੰਨਾ ਕਿੰਨਾ ਡਵਾਂਸ ਲੈ ਕੇ ਆਏ ਹੋ ਆਪਣੇ ਜੁਰਮਾਂ ਤੇ ਗੁਨਾਹਾਂ ਦੀ ਕਿਤਾਬ ਵਿੱਚ ਅੱਜ ਇੱਕ ਕਤਲ ਦੀ ਬੁਕਿੰਗ ਮੇਰੇ ਵੱਲੋਂ ਵੀ ਕਰ ਲੈ ਦੁਸ਼ਮਣ ਦੀ ਲਾਸ਼ ਨਾਲੋਂ ਵਜ਼ਨੀ ਸੋਨਾ ਤੇ ਉਹਦੇ ਕਫਨ ਤੋਂ ਵੱਧ ਚੈੱਕ ਦੇਵਾਂਗੀ ਜੇ ਰਕਮ ਥੋੜੀਏ ਤੇ ਉਹਦੀ ਮੌਤ ਦਾ ਸਰਿਆਂ ਮੁੱਲ ਟੁੱਕ ਲੈ ਮੈਂ ਪੀਰੂ ਦਾ ਮੁਰਦਾ ਖਰੀਦਣ ਲਈ ਤੇਰੇ ਜੁਰਮਾਂ ਦਾ ਇਹ ਸਾਰਾ ਨਿਰਾਮ ਘਰ ਖਰੀਦ ਲਾਂਗੀ ਵਾਹ ਭਾਈ ਵਾਹ ਲੱਗਦਾ ਤੂੰ ਸਾਡੇ ਯਾਰ ਕੋਬਰੇ ਦੀ ਭੈਣ ਹੈ ਪਰ ਮੈਂ ਉਹਦੇ ਕਾਤਲ ਪੀਰੂ ਨੂੰ ਕਤਲ ਕਰਕੇ ਤੇਰੇ ਪੈਰੇ ਸੁੱਟ ਦਿਆਂਗਾ ਪਰ ਤੇਰੇ ਹੁਸਨ ਦੇ ਚੈੱਕ ਤੇ ਦਸ ਖਤ ਮੈਂ ਆਪਣੀ ਸਿਆਹੀ ਨਾਲ ਕਰਾਂਗਾ ਇਸ ਪੂਰੇ ਅੱਡੇ ਨੂੰ ਖਾਲੀ ਕਰ ਦਿਓ
खान। असी जरायम पेशा लोग हर जुर्म अपनी मर्जी नाल करने आ। धमाके करना साडा काम है और परूते होन भावे प्यार दे। पर मैं तेरे मोए यार दी भैणा। हाँ पर साडी यारी जिउंदिया नाल हुंदी है मोया नाल नहीं। हाँ किसे खास थां से मारन की लोड़ नहीं। तू मेरे भरा दे नाल इंसानियत दा कातल है। इन्हां दोवां जुर्मां की सजा मौत है। पर मैनू तेरे कतल का ब्याना देना ही सी। पर तू दे इंतकाम की मजबूरी नू अपने हवस का निशाना बनान लगा सै। यार मारो यार दी पैते पद नजर रखने वाला गैरतमंद नहीं कोई कंजा नहीं हो सकता। Oh!
मेरे को नसल औजार नहीं थी। तू मेरी इज्जत बचा के शराफत का इम्तिहान पास कर ले पीरो, पर दुश्मनी का मैदान लगना ही लगना ही। तेरे मैदान ते लग चलिया सी, जे मेरी तेरे ते निगाह ना पैंदी, तेरा भरा भी ना बेखैरता दा साथी सी, जिन्हू ना किसी की भैन की इज्जत की परवाह, ना ही दिल च रहम। जे अपने भरा का जुल्म देखना चाहनी है या मेरे नाल, मैं तेनू अपने उस भरा की कबर विखाना जड़ी अज भी अपने जिंदा कातलों का इंतजार कर रही है। ਜਿਹੜਾ ਤੇਰੇ ਭਰਾ ਤੇ ਉਹਦੇ ਸਾਥੀਆਂ ਦੇ ਜ਼ੁਲਮ ਦਾ ਨਿਸ਼ਾਨਾ ਬਣਿਆ, ਸਾਥੀ ਵੀ ਉਹ ਜਿਨ੍ਹਾਂ ਚੋਂ ਇੱਕ ਨੇ ਆਪਣੇ ਯਾਰ ਦੀ ਭੈਣ ਨੂੰ ਜ਼ਲੀਲ ਕਰਨ ਤੋਂ ਦਰੇਖ ਨਹੀਂ ਕੀਤਾ। ਤਿੰਨ ਕਿੱਲੀਆਂ ਉੱਡ ਗਈਆਂ ਨੇ ਤੇ ਬਾਕੀ ਦੀਆਂ ਇਹ ਤਿੰਨ ਕਿੱਲੀਆਂ ਦੁਸ਼ਮਣਾਂ ਦਾ ਲਹੂ ਪੀਣ ਲਈ ਤਿਆਰ ਨੇ। ਜੇ ਹਾਲੇ ਵੀ ਤੂੰ ਮੈਨੂੰ ਕਸੂਰਵਾਰ ਸਮਝਦੀ ਹੈ ਤੇ ਮੈਨੂੰ ਗੋਲੀ ਮਾਰ ਕੇ ਆਪਣੇ ਭਰਾ ਦਾ ਬਦਲਾ ਲੈ ਲੈ। ਪਰ ਇੱਕ ਗੱਲ ਮੇਰੀ ਯਾਦ ਰੱਖੀ, ਇਨਸਾਫ ਤੈਨੂੰ ਵੀ ਬੇਗੈਰਤ ਭਰਾ ਦੀ ਬੇਗੈਰਤ ਭੈਣ ਤੋਂ ਵੇਗਾ। ਦੁਸ਼ਮਣਾ ਕੀ ਬੁਜ਼ਦਲਾਂ ਵਾਂਗੂ ਲੁਕ ਲੁਕ ਕੇ ਗੋਲੀਆਂ ਚਲਾਈ ਜਾ ਰਿਹਾ ਹੈ? ਦਲੇਰੇ ਦੇ ਸਾਹਮਣੇ ਆ, ਨਜ਼ਰਾਨਾ ਫੇਰ ਵੇ, ਦਿਲ ਦਾ ਸਵਾਲ ਸੁਣ ਨਜ਼ਰਾਨਾ ਫੇਰ ਵੇ, ਜਾਨ ਮੇਰੀ ਮਨ ਮੈਨੂੰ ਬਾਵਾਂ ਚ ਘੇਰ ਵੇ, ਕੰਮ ਕਰ ਪੱਕਾ ਕੰਮ ਕਰ ਪੱਕਾ, ਤੂੰ ਮਾਰ ਦੇ ਛੱਕਾ ਮਾਰ ਛੱਕਾ ਮਾਰ ਛੱਕਾ। ਸਵਾਲ ਸੁਣ ਨਜ਼ਰਾਨਾ ਫੇਰ ਵੇ, ਜਾਨ ਮੇਰੀ ਮਨ ਮੈਨੂੰ ਭਾਵਾਂ ਚ ਘੇਰ ਵੇ, ਕੰਮ ਕਰ ਪੱਕਾ ਕੰਮ ਕਰ ਪੱਕਾ, ਤੂੰ ਮਾਰ ਦੇ ਛੱਕਾ ਮਾਰ ਛੱਕਾ ਮਾਰ ਛੱਕਾ। ਦਿਲ ਦਾ ਸਵਾਲ ਸੁਣ ਨਜ਼ਰਾਨਾ ਫੇਰ ਵੇ, ਹਾ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 ਹ
सवाल सुन नजराना फिर वे समझ नहीं लगी वीरू साढ़े टिकाने ते पहुंच किस तरह गया मैनू ते अमजद ते शक है और कदरे वीरू दे जासूस ते नहीं ये भी मुमकिन इसलिए कि जराइम पेशा ते मुखबरी दोवे सगे भैन भरा दा ना है असी उहदा इम्तिहान अज रात ही लवांगे जो जसूस साबित हो गया तो उसका कीमा करके कुत्ते आगे भाग जाएंगे अंदर जी बॉस अमजद आज असी तैनू एक मिशन से भेज रहे हैं साडा माल लेके काले जजीरे कासम नूरी कोल पहुंच जा ते जे माल दे बदले उदे कोलों टोकन नंबर 5 लेके साढ़े तक जिंदा वापस पहुंच गया इसका मतलब है सानू 5 करोड़ का फायदा ते नाल तेरी वफादारी दे तरेर ते साड़ी दोस्ती का प्लस्तर भी हो जाएगा मैं माल लेके काले जजीरे जरूर पहुंचागा कासम नूरी ते उहदे साथी समगलर दीआं वारदातां वधदीआं जा रहीआं ने सानू उपरों हुक्म आया कि कासम नूरी ज्यादा कोई ना कोई साथी किसे ना किसे तरीके नाल गिरफ्तार होने चाहिए ने लुक लुका के हर जंगल दे हर रस्ते च डूंगे टोए कट दिए गए ने उपर पराली पा दी गई है कोई भी समगलर किसी सवारी से गुजरिया सीधा उस टोए के अंदर जा डिगेगा गुड वेरी गुड
ਓਏ ਕਾਸਮ ਨੂਰੀ, ਮੈਂ ਤੇਰਾ ਮਾਲ ਲੈ ਆਇਆ ਵਾਂ, ਹੁਣ ਆਪਣਾ ਮਾਲ ਲੈ ਕੇ ਟੋਕਨ ਨੰਬਰ 5 ਮੇਰੇ ਹਵਾਲੇ ਕਰ ਦੇ। ਓਏ ਅਸੀਂ ਮਾਲ ਜ਼ਰੂਰ ਵਸੂਲ ਕਰਨੇ ਆ, ਪਰ ਕੋਈ ਮਾਈ ਦਾ ਲਾਲ ਟੋਕਨ ਲੈ ਕੇ ਸਾਡੇ ਕੋਲੋਂ ਜ਼ਿੰਦਾ ਵਾਪਸ ਨਹੀਂ ਗਿਆ। ਓਏ ਨਾ ਸਿੱਧਾ ਹੱਥੋਂ, ਤੇ ਮੈਂ ਆਪਣੀ ਮਾਂ ਛੱਡ ਆਇਆ ਵਾਂ। ਕਾਸਮ ਨੂਰੀ ਨੂੰ ਵੇਖ ਕੇ ਤੇ ਬਾਂਦਰ ਜੰਗਲ ਖਾਲੀ ਕਰਾ ਦਿੰਦੇ ਨੇ, ਤੂੰ ਨਿੱਕਾ ਜਿਹਾ ਸ਼ੇਰ ਦਾ ਬੱਚਾ, ਇਹ ਤੂੰ ਦਾ ਮੁਕਾਬਲਾ ਕਿਸ ਤਰ੍ਹਾਂ ਕਰੇਗਾ? ਪਹਿਲਾ ਸਮਗਲਰ ਹੈ ਜਿਹਨੇ ਆਪਣੀ ਅਸਲੀ ਜ਼ਾਤ ਦੀ ਪਹਿਚਾਣ ਕਰਾਈ ਹੈ। ਮੈਂ ਤੇ ਝੂਠਾ ਭਰਾ ਮਾਰਨ ਲਈ ਸਮਗਲਰ ਬਣਿਆ ਵਾਂ। ਮਾਰਨ ਲਈ ਸਮਗਲਰ ਬਣਿਆ ਵਾਂ। ਮਾਰਨ ਵਾਲੇ ਕੋਲੋਂ ਬਚਾਉਣ ਵਾਲਾ ਰੱਬ ਜ਼ਿਆਦਾ ਤਾਕਤਵਰ ਹੈ ਕਾਸਮ ਨੂਰੀ। ਮੈਨੂੰ ਆਪਣਾ ਵੱਡਾ ਭਰਾ ਹੀ ਸਮਝ ਅਮਜਦ। ਉਹ ਭਰਾ ਨਹੀਂ ਜਿਹੜਾ ਤੇਰੇ ਕੋਲੋਂ ਤੇਰੀ ਮਾਂ ਖੋਲੇਗਾ, ਉਹ ਭਰਾ ਜਿਹੜਾ ਤੈਨੂੰ ਤੇਰੀ ਮਾਂ ਵਾਪਸ ਕਰੇਗਾ। ਝੂਠ, 100% ਝੂਠ। ਓਏ ਅੱਜ ਕੱਲ ਦੇ ਲੋਕ 5 ਦਾ ਨੋਟ ਵਾਪਸ ਨਹੀਂ ਕਰਦੇ, ਤੂੰ ਮਾਂ ਕਿਸ ਤਰ੍ਹਾਂ ਵਾਪਸ ਕਰੇਗਾ? ਓਏ ਤਕਰੀਬ ਕਾਲ ਮਹਿਮਾ, ਤੇ ਧਮਾਕੇ ਤੂੰ ਕਰ ਰਹੀ ਹੈ? ਪੀਰੂ ਜਿੰਨਾ ਪੈੜਾ ਹੈ, ਤੂੰ ਮੈਨੂੰ ਉਨਾ ਹੀ ਚੰਗਾ ਲੱਗਿਆ ਭਾਈ ਜਾਨ। ਜੰਗਲ ਵਿੱਚੋਂ ਚੰਦ ਸਮਗਲਰਾਂ ਦੀਆਂ ਲਾਸ਼ਾਂ ਮਿਲੀਆਂ ਨੇ। ਤੇ ਨਾਲ ਇਹ ਸੋਨੇ ਦਾ ਲਾਕਟ। ਇਸ ਲਾਕਟ ਵਿੱਚ ਤੇਰੇ ਪੁੱਤਰ ਅਮਜਦ ਦੀ ਤਸਵੀਰ ਹੈ। ਇਹ ਲਾਕਟ ਇਸ ਚੀਜ਼ ਦਾ ਸਬੂਤ ਹੈ ਕਿ ਤੇਰਾ ਪੁੱਤਰ ਵੀ ਸਮਗਲਰ ਹੈ, ਜਿਹੜਾ ਗੋਲੀਆਂ ਦੀ ਬਾਰਿਸ਼ ਵਿੱਚ ਜ਼ਿੰਦਾ ਬਚ ਗਿਆ ਹੈ, ਲੁਕ ਲੁਕਾ ਕੇ। ਕਾਸ਼ ਉਹ ਮਰ ਜਾਂਦਾ ਤੇ ਉਹਦੀ ਲਾਸ਼ ਵਹਾ ਕੇ ਤੂੰ ਮੈਨੂੰ ਇਹ ਰਾਜ਼ ਦੱਸਦਾ ਕਿ ਉਹ ਸਮਗਲਰ ਹੈ। ਮੈਂ ਤੇ ਪੁੱਤਰ ਜੰਮਿਆ ਸੀ ਸਾਹਿਬ, ਮੈਨੂੰ ਕੀ ਪਤਾ ਸੀ ਕਿ ਉਹ ਨਾਰਾਜ਼ ਛੰਮਣ ਵਾਲੀ ਨਾਲ ਹੋਵੇਗਾ।
ते बदला धरती मां कोलों लवेगा। हुण जिन्नी देर तक अमजद गिरफ्तार नहीं हो जांदा तुहानूं थाने च रहना पवेगा। जे पुत्र दे जुर्म विच मां नूं थाने बिठाण दा कानून बनिया होया है ते फिर मैनूं गोली मारन दा एक नवा कानून होर बना साहब। इसलिए के स्मगलर जमन वालियां मावां नूं जिंदा रहण दा कोई हक नहीं। जे तुसीं थाने नहीं जाना चाहते ते फिर अपना जमानती पेश कर दिओ लुक लुका के। इहदी मैं जमानत देनी आ। इहदी जमानत मैं देना वा। ਤੁਸੀਂ ਗਰੀਬ ਲੋਕ ਫੋਰਟ ਤੇ ਦੇ ਸਕਦੇ ਹੋ ਪਰ ਜ਼ਮਾਨਤ ਨਹੀਂ। ਸਾਨੂੰ ਜ਼ਮਾਨਤ ਉਹਦੀ ਚਾਹੀਦੀ ਹੈ ਜਿਹਦੇ ਕੋਲ ਨੋਟ ਹੋਣ। ਜਗੀਰਦਾਰਨੀ ਜੀ, ਇਹਦੀ ਜ਼ਮਾਨਤ ਮੈਂ ਦੇਣੀ ਹੈ ਥਾਣੇਦਾਰਾ, ਤੇ ਜ਼ਮਾਨਤਨਾਮੇ ਤੇ ਬੋਲ ਕਿੰਨੀ ਰਕਮ ਭਰਾਂ। ਜਗੀਰਦਾਰਨੀ ਜੀ, ਤੁਸੀਂ ਇਹਨਾਂ ਦੀ ਜ਼ਮਾਨਤ ਕਿਉਂ ਦੇ ਰਹੇ ਹੋ ਲੁਕ ਲੁਕਾ ਕੇ? ਤੁਹਾਡਾ ਇਹਨਾਂ ਦੇ ਨਾਲ ਕੀ ਰਿਸ਼ਤਾ ਹੈ? ਜੇ ਸਰਿਆ ਮੈਦਾ ਤੇ ਮੇਰਾ ਰਿਸ਼ਤਾ ਪੁੱਛ ਹੀ ਲਿਆ ਤੇ ਫਿਰ ਸੁਣ, ਇਹ ਮੇਰੀ ਮਾਂ ਹੈ, ਇਹ ਮੇਰੀ ਸੱਸ ਹੈ, ਇਹ ਮੇਰੇ ਹੋਣ ਵਾਲੇ ਬੱਚਿਆਂ ਦੀ ਦਾਦੀ ਹੈ। ਸੱਚੇ ਜਾਣੀ ਤੇਰੇ ਤੋਂ ਬੱਬਰ ਸ਼ੇਰਨੀ ਹੈ ਨੂੰ ਬਣੀ ਹੈ ਤੇ ਪੂਰਾ ਰੱਫੜ ਪਾ ਕੇ ਤੇਰੇ ਵਰਗੀਆਂ ਨੂੰਹਾਂ ਬਣ ਜਾਣ ਤੇ ਨਾ ਪੋਤਰੇ ਬੇਗੈਰਤ ਪੈਦਾ ਹੋਣ ਤੇ ਨਾ ਹੀ ਦੋਤਰੇ। ਮਾਈ ਜੀ ਬਸ ਵੇ ਬਸ, ਮੈਂ ਔਰਤਾਂ ਜ਼ਰਾ ਘੱਟ ਬੋਲਣ ਵਾਲੀ, ਕਾਮਯਾਬੀ ਤੇ ਤੁਹਾਡੇ ਫੁੱਲ ਵੱਧਦੇ ਨੇ ਤੇ ਜ਼ਲੀਲ ਹੋਣ ਲੱਗਿਆ ਤੁਹਾਨੂੰ ਕੰਡੇ ਕਿਉਂ ਨਹੀਂ ਲਾ? ਉਸ ਦਿਨ ਡਿਊਟੀ ਤੇ ਖਲੋਤਾ ਸੈਂ ਤੇ ਮੇਰਾ ਭਰਾ ਕਤਲ ਕਰਵਾਇਆ ਸਹੀ, ਅੱਜ ਫਿਰ ਡਿਊਟੀ ਤੇ ਖਲੋ ਕੇ ਕਿਹਨੂੰ ਕਤਲ ਕਰਵਾਉਣੀ? ਤਾਂ ਸੋਏ ਚਾਬਰ ਖਾਨ ਕੋਲੋਂ ਇਹੋ ਜਿਹਾ ਜ਼ੁਲਮ ਕਰਾਉਣ ਦੀ ਕਿੰਨੀ ਮੰਥਲੀ ਲੈਣਾ? ਤੈਨੂੰ ਗਲਤੀ ਲੱਗੀ ਹੈ ਪੀਰੂ, ਮੈਂ ਰਿਸ਼ਵਤ ਖੋਰ ਨਹੀਂ। ਇਮਾਨਦਾਰ ਸਦੇ ਚਿਹਰੇ ਤੇ ਨੂਰ ਬਰਸਦਾ ਤੇ ਤੇਰੇ ਚਿਹਰੇ ਤੇ ਲਾਨਤ ਬਰਸ ਰਹੀ ਹੈ। ਤੁਹਾਨੂੰ ਆਪਣੇ ਕਾਨੂੰਨ ਦੀ ਕਸਮ ਜੇ ਹੋਏ ਇਹ ਰਿਸ਼ਵਤ ਲੈਂਦਾ ਇਹਦਾ ਸਾਥ ਛੱਡ ਦਿਓ। ਨਾ ਮਰਾਦੋ, ਉਹ ਮੈਨੂੰ ਮੌਤ ਦੇ ਮੂੰਹ ਵਿੱਚ ਵੇਖ ਕੇ ਕੱਲਾ ਹੀ ਛੱਡ ਗਏ ਹੋ। ਰਿਸ਼ਵਤ ਖੋਰ ਨੂੰ ਤੇ ਕਬਰ ਵੀ ਕਬੂਲ ਨਹੀਂ ਕਰਦੀ, ਹੁਣ ਵਰਦੀ ਲਾ ਦਿਓ ਇਹ ਬੇਗੈਰਤਾ, ਇਸ ਲਈ ਕਿ ਤੂੰ ਇਸ ਵਰਦੀ ਦੀ ਹਿਫਾਜ਼ਤ ਨਹੀਂ ਕਰ ਸਕਿਆ। ਜਿਸ ਵਰਦੀ ਦੀ ਹਿਫਾਜ਼ਤ ਲਈ ਡਿਪਟੀ ਗ੍ਰਾਮ ਮੁੱਲਾ ਨਿਆਜ਼ੀ ਨੇ ਆਪਣੀ ਜਾਨ ਦੇ ਕੇ ਸ਼ਹਾਦਤ ਦਾ ਜਾਮ ਪੀਤਾ ਸੀ, ਹੁਣ ਮੈਂ ਤੇਰੇ ਇਸ ਨਾਪਾਕ ਪਿੰਡੇ ਤੇ ਵਰਦੀ ਨਹੀਂ ਰਹਿਣ ਦਿਆਂਗਾ। ਛੇਤੀ ਲਾਏ ਨਹੀਂ ਤੇ ਇੱਥੇ ਹੀ ਪੁੰਨ ਦਿਆਂਗਾ। ਓਏ ਬੱਤੀ ਵਾਲਿਓ, ਜੇ ਦੁਨੀਆ ਦੀ ਦੋਜ਼ਖ ਤੋਂ ਬਚਣਾ ਜੇ ਤੇ ਛੇਤੀ ਦੱਸ ਦਿਓ ਤੁਹਾਡਾ ਦੁਸ਼ਮਣ ਪੀਰੂ ਕਿੱਥੇ ਵੇ? ਜੇ ਨਾ ਦੱਸਿਆ ਤੇ ਇਸ ਬਸਤੀ ਦੇ ਬੱਚੇ ਤੋਂ ਲੈ ਕੇ ਬੁੱਢੀਆਂ ਤਿੱਕਰ ਸਾੜ ਕੇ ਸੁਆਹ ਕਰ ਦਿਆਂਗਾ। ਸਾਨੂੰ ਪੀਰੂ ਚਾਹੀਦਾ ਹੈ, ਪੀਰੂ। ਤੇ ਦੁਸ਼ਮਣੀ ਪੀਰੂ ਨਾਲ ਤੇ ਬਦਲਾ ਇਹਨਾਂ ਗਰੀਬਾਂ ਤੋਂ, ਡਿੱਗਿਆ ਖੋਤੇ ਤੋਂ ਤੇ ਗੁੱਸਾ ਕੁਮਿਆਰ ਤੇ
ਲੱਖ ਦੀ ਲਾਣਤ ਤੁਹਾਡੇ ਤੇ। ਤੱਕਣਾ ਕੀ ਹੈ? ਚੌਕਾਂ ਵਿੱਚ ਜਦੋਂ ਵੀ ਰੌਲਾ ਪਾਇਆ ਤੁਹਾਡੇ ਜੇ ਰੰਗਬਾਜ਼ਾਂ ਨੇ ਜਾਂ ਕੁੱਤਿਆਂ ਬਿੱਲਿਆਂ ਨੇ। ਹੈ ਮੈਡਮ ਸਲਮਾਈ ਜਾਬਰ ਖਾਨ, ਜਿਹੜੀ ਪੀਰੂ ਨਾਲ ਇਸ਼ਕ ਕਰਦੀ ਹੈ। ਖਾਲੀ ਇਸ਼ਕ ਨਹੀਂ, ਉਹਦੇ ਲਈ ਇਬਾਦਤ ਵੀ ਕਰਨੀ ਆ, ਆਪਣੇ ਸੀਨੇ ਦੇ ਅੰਦਰ ਉਹਦੀ ਜ਼ਿਆਰਤ ਵੀ ਕਰਨੀ ਆ, ਆਪਣੇ ਲੂ ਲੂ ਨਾਲ ਉਹਦੀ ਹਿਫਾਜ਼ਤ ਵੀ ਕਰਨੀ ਆ। ਹੁਣ ਮੇਰੇ ਪੈਰਾਂ ਤੇ ਸਿਰ ਰੱਖ ਕੇ ਮੇਰੇ ਇਸ਼ਕ ਦੀ ਜਿੱਤ ਦਾ ਐਲਾਨ ਕਰ ਦੇ। ਅਸੀਂ ਤੇਰੇ ਪੈਰਾਂ ਤੇ ਸਿਰ ਨਹੀਂ, ਤੇਰੀਆਂ ਲੱਤਾਂ ਤੇ ਗੋਲੀਆਂ ਮਾਰਾਂਗੇ ਤਾਂ ਕਿ ਤੂੰ ਚੱਲ ਕੇ ਆਪਣੇ ਆਸ਼ਿਕ ਤੱਕ ਪਹੁੰਚ ਨਾ ਸਕੇ। ਦੋ ਹੀ ਪਟਾਕੇ ਵਜੇ ਨੇ, ਇਸ਼ਕ ਜ਼ਮੀਨ ਤੇ ਡਿੱਗ ਪਿਆ। ਜੇ ਤੇਰੀ ਮੁਹੱਬਤ ਸੱਚੀ ਹੈ ਤੇ ਪੀਰੂ ਦਾ ਨਾਂ ਲੈ ਕੇ ਜ਼ਮੀਨ ਤੋਂ ਉੱਠ ਕੇ ਵਿਖਾ। ਪੀਰੂ ਦਾ ਨਾਂ ਲੈ ਕੇ ਤੇ ਮੈਂ ਕਬਰ ਚੋਂ ਵੀ ਉੱਠ ਸਕਦੀ ਹਾਂ। Thank you.
ਚੰਗੀਆਂ ਅੱਖਾਂ ਕੇ ਵੀ ਯਾਰ ਲਈ ਨੱਚਣ ਵਾਲੀ ਏ। ਵੀਰੂ ਆਵੇ ਤੇ ਉਹਨੂੰ ਸਾਡਾ ਪੈਗਾਮ ਦੇ ਦੇਵੀ ਕਿ ਉਹਦਾ ਭਰਾ ਅਮਜਦ ਸਾਡੇ ਕਬਜ਼ੇ ਚ ਹੈ, ਉਹਦੀ ਜ਼ਿੰਦਗੀ ਚਾਹੁੰਦਾ ਹੈ ਤੇ ਕੱਲ 12 ਵਜੇ ਤੱਕ ਖੂਨੀ ਪ੍ਰਾਣ ਤੇ ਆ ਜਾਵੇ। ਸਾਬਰ ਖਾਨ, ਮੈਂ ਆਪਣੇ ਭਰਾ ਦੀ ਜ਼ਿੰਦਗੀ ਬਚਾਉਣ ਲਈ ਤੇਰੀ ਜੂ ਵਿੱਚ ਆ ਗਿਆ ਵਾਂ। ਹੁਣ ਮੈਦਾਨ ਵਿੱਚ ਆ ਕੇ ਮੈਨੂੰ ਮੇਰੇ ਭਰਾ ਦੀ ਆਜ਼ਾਦੀ ਦਾ ਮੁੱਲ ਦੱਸ। ਸਭ ਜਿਹੜੀ ਜ਼ਾਤ ਦਾ ਹੋਵੇ ਉਹਨੂੰ ਮਾਰਨ ਲਈ ਹਰ ਤਰੀਕਾ ਜਾਇਜ਼ ਹੈ ਪੀਰੂ। ਕਿੱਡਾ ਹੀ ਚਾਲਾਕ ਕਿਉਂ ਨਾ ਹੋਵੇ, ਉਹ ਵੋਟੀ ਦੀ ਲਾਲਚ ਚ ਆ ਕੇ ਕਿੜਕੀ ਚ ਫਸ ਜਾਂਦਾ ਹੈ। ਸਾਡੀ ਕਿੜਕੀ ਵੇਖ ਹੋਏ, ਮੈਂ ਤੇ ਤੇਰੇ ਹੁਕਮ ਦੀ ਇੱਕ ਗੋਲੀ ਨਾਲ ਮਰ ਸਕਦਾ ਸਾਂ ਯਾਰ, ਪਰ ਮੈਨੂੰ ਧੋਖੇ ਨਾਲ ਮਰਵਾ ਕੇ ਕਿਉਂ ਆਪਣੇ ਮੱਥੇ ਤੇ ਗੱਦਾਰੀ ਦੀ ਮੋਹਰ ਲਵਾਉਣ ਲੱਗਾ ਸੈਂ। ਮੈਂ ਤੇ ਆਪਣੀ ਮਾਂ ਦੀ ਜੁਦਾਈ ਗੁਜ਼ਾਰੀ ਰਾਤਾਂ ਦੇ ਬਰਾਬਰ ਗੋਲੀਆਂ ਗਿਣ ਕੇ ਤੇਰੀ ਮੌਤ ਲਈ ਰੱਖ ਲਈਆਂ ਨੇ ਪੀਰੂ। ਮੈਨੂੰ ਤਾਂ ਉਸ ਦਿਨ ਦਾ ਬੜਾ ਦੁੱਖ ਹੈ ਜਦੋਂ ਤੂੰ ਮੇਰੇ ਹੱਥੋਂ ਗੋਲੀਆਂ ਖਾ ਕੇ ਬਚ ਗਿਆ ਸੈਂ। ਓਏ ਕਿਉਂ ਗੋਲੀਆਂ ਦਾ ਇਕਰਾਰ ਕਰਕੇ ਸਾਨੂੰ ਝੂਠਾ ਪਵਾ ਰਿਹਾ ਅਮਜਦ? ਅਸਾਂ ਤੇ ਤੇਰੀ ਮਾਂ ਨਾਲ ਵੀ ਝੂਠ ਬੋਲ ਦਿੱਤਾ ਸੀ ਕਿ ਸਾਨੂੰ ਗੋਲੀਆਂ ਤੂੰ ਨਹੀਂ ਮਾਰੀਆਂ। ਤੇ ਅਸੀਂ ਤੇਰੀ ਬੇਬੇ ਨਾਲ ਸੱਚ ਬੋਲਾਂਗੇ ਕਿ ਅਸੀਂ ਤੇਰੀ ਲਾਸ਼ ਦਾ ਕੀਮਾ ਬਣਾ ਕੇ, ਉਹਨਾਂ ਦੇ ਸ਼ਾਮੀ ਕਬਾਬ ਬਣਾ ਕੇ, ਬੁੱਤ ਕਰੇਲੇ ਬਣਾ ਕੇ, ਕੋਫਤੇ ਬਣਾ ਕੇ ਰੱਜ ਰੱਜ ਕੇ ਖਾਵਾਂਗੇ। ਬੜਾ ਮਜ਼ਾ ਆਏਗਾ। ਓਏ ਪੀਰੂ, ਅੱਜ ਅਸੀਂ ਤੈਨੂੰ ਥਾਂ ਥਾਂ ਤੇ ਦੇਵਾਂਗੇ ਚੀਰੂ। ਪੀਰੂ, ਤੂੰ ਕਸਮ ਖਾਦੀ ਸੀ ਕਿ ਮੈਂ ਛੱਕਾ ਪੂਰਾ ਕਰਾਂਗਾ, ਐਸਾ ਕਸਮ ਖਾਦੀ ਹੈ ਕਿ ਤੇਰਾ ਚੌਕਾ ਪੂਰਾ ਨਹੀਂ ਉੜ ਦਿਆਂਗੇ। ਆਪਣੀ ਮਾਂ ਨੂੰ ਯਾਦ ਕਰੋ। ਅੱਜ ਗੋਲੀਆਂ ਦੀ ਬਾਰਿਸ਼ ਚ ਬਚ ਕੇ ਮੇਰੀ ਮਾਂ ਤੱਕ ਪਹੁੰਚੇ ਤੇ ਤੈਨੂੰ ਮੰਨਾ ਪੀਰੂ। ਓਏ ਕੀ ਸ਼ਰਤ ਲਾ ਦਿੱਤੀ ਅਮਜਦ, ਜਿਸ ਮਾਂ ਦੇ ਪਿਆਰ ਨੇ ਮੈਨੂੰ ਆਪਣੀ ਮਾਂ ਦੀ ਕਬਰ ਪੁਲਾ ਦਿੱਤੀ ਸੀ, ਉਸ ਮਾਂ ਤੱਕ ਪਹੁੰਚਣ ਲਈ ਮੈਨੂੰ ਪੁਲਿਸ ਰਾਹ ਤੋਂ ਵੀ ਲੰਘਣਾ ਪਿਆ, ਤੇ ਲੰਘ ਜਾਵਾਂਗਾ ਅਮਜਦ। ਓਏ ਤੂੰ ਅਸਲੇ ਦੇ ਮੂੰਹ ਖੋਲ ਪੀਰੂ, ਚੱਲੇ you
तू जिंदा है? इनू कैदी बना के एडी लंबी उम्र से फैसले दिती सी कि अपनी अखा नाल वड्डे पुत्र दी लाश भी देखती जावे। नहीं जावा खा, नहीं जिंदा ऐसलिया कि निके पुत्र दा कोई भी मैच अपनी अखा नाल नहीं सी वेख्या। सुने ओ छक्के बड़े मारदा सी, अज वड्डे पुत्र दा मैच वेखण लई जिंदगी दी टिकट लैके इस मैदान विच आ खलोती हां। इस मैच दा फैसला ते टाई फट च हो सकदा मां, पर मैं की करा? दूए पासे मेरा भरा है जिदी मां ने मैनू सारे अति जमण दा प्यार ही नहीं याद आण दिता। ओए छेती नाल मां पुत्र दा खात्मा कर दियो, मैं मुल्क विच होर तमाके करन दे वी बयाने फड़े होए ने। मेरे कोल टाइम नहीं, सिर्फ टाइम बम है। तो फिर मरण लई तैयार हो जा बुढ़िए। नहीं टाइगर, नहीं, पीरू ने मेरी मां खोई है, मैं ओदी मां खोवांगा। इन्हें मेरी जन्नत ते कब्जा करके मैनू दोजख में सुट दिता है, मैं इनू दोजख में सुट के अपनी जन्नत वापस लांगा। बोल बुढ़िए, मैं तेनू गोली नाल मारा या वो साग नाल जेड़ा तेरा पुत्र मैनू कदी लांदा रहा ते कदी पुछांदा रहा। की सबक दिता सी इनू जम के कि लोका दिया मावा खोल लग पए? वे अपनी मां दा बदला दूजी मां कोलो लैण वाले बद नसीब पुत्रा, वेखे मेरे पुत्र दा अदब ते सबर, प्यार करन ते आया ते तेरी मां नू अपना जम्मिया भुल गया। प्रा बनन ते आया ते तेरे मुंह बुढ़ी मां दा लफ सुन के भी खामोश रहा। अदब करन ते आया ते मां नू वेख के दुश्मना सामने सिर सुट दिता, वे जे हुण सिर चुकन ते आ गया ते लाशां दा को मरी बना देगा। एदे कोलो बदला लेना ही ते मेरा पुत्र बन जा। इन्हें प्यार नल तेरी मां खोई है, तू मोहब्बत नल एदी मां खो ले। पहली मां गवा के रब रुसाया ही, मैनू मां बना के रब मना ले वे। अमजद अमजद पुत्र, इदियां गल्लां इश ना होवीं, ए बड़ी वड्डी जादूगंडी है। तू ठीक आ क्या जाबर खां, ए वाकई बहुत वड्डी जादूगरनी है, इसलिए मैं जिंदा नहीं छड़ना। तुहानूं ऐसे क्या मेरी मां लगदी है? ओए खाना खराब दिया पुत्रा, आखिर ओही काम की तई ना जेड़ा सुल्तान लाई करता है। तुहानूं ऐसे मां दी कसम जे पाई जान, मैनूं माफ कर दिओ। मेरे नाल मोटा जोड़ दो पाई जान, मैं कल्ला चे मैं कल्ला चे पाई जान।
ਲੈਕਾ, ਮੇਰੀ ਜ਼ਿੰਦਗੀ ਤੂੰ ਇਕੱਲਾ ਕਿਸ ਨਾਲ ਸਕਣਾ ਹੈ? ਮੈਂ ਇਹਨਾਂ ਦਾ ਸਾਰਾ ਖਾਨਦਾਨ ਮੁੱਕਾ ਦਿਆਂਗਾ। ਤਗੜੇ ਹੋ ਜਾ। ਹੁਣ ਘਬਰਾਉਣਾ ਨਾ ਪੁੱਤਰੋ, ਫਿਰ ਤੇ ਤੁਹਾਡਾ ਰੱਬ ਤੇ ਕੰਧ ਪਿੱਛੇ ਤੁਹਾਡੀ ਮਾਂ ਖੜੀ ਹੈ। ਚੰਗੇ ਕੰਮ ਕਰਦਾ, ਚੰਗਾ ਨਹੀਂ ਲੱਗਦਾ, ਅੱਗੋਂ ਹੱਟ ਜਾ। ਮੇਰਾ ਨਿਸ਼ਾਨਾ ਸੱਜੇ ਪਾਸੇ ਲੱਗਦਾ ਹੈ। Come on!
ਕਿਹਾ ਸੀ ਨਾ ਜਾਬਰ ਖਾਨ, ਮੈਂ ਚਾਹਤੇ ਇਤਬਾਰ ਨਾ ਕਰੀ, ਕਦੀ ਕੋਈ ਟੀਮ ਜਿੱਤ ਜਾਂਦੀ ਹੈ ਤੇ ਕਦੇ ਕੋਈ ਟੀਮ। ਪਹਿਲਾ ਮੈਚ ਬੇਈਮਾਨੀ ਨਾਲ ਤੂੰ ਜਿੱਤਿਆ ਸੀ ਜਾਬਰ ਖਾਨ, ਪਰ ਅੱਜ ਦਾ ਮੈਚ ਜਿੱਤੇ ਤੇ ਮੈਂ ਤੈਨੂੰ ਮੰਨਾ। ਬਚ ਸਕਣਾ ਤੇ ਬਚ ਜਾ ਜਾਬਰ ਖਾਨ, ਚੱਕਾ ਬਚਣ ਲੱਗਿਆ। ਖੇਡੇ ਮੈਦਾਨ ਨੂੰ ਜੰਗ ਦਾ ਮੈਦਾਨ ਬਣਾਉਣ ਵਾਲਿਆਂ ਦਾ ਇਹੋ ਹੀ ਅਕਸਰ ਹੁੰਦਾ ਹੈ। ਸਾਨੂੰ ਦੁਸ਼ਮਣ ਨੇ ਜਦੋਂ ਵੀ ਇਮਤਿਹਾਨ ਵਿੱਚ ਪਾਇਆ, ਅਸੀਂ ਚੱਕਾ ਜ਼ਰੂਰ ਮਾਰਾਂਗੇ।